ਇੱਥੇ ਐਮ ਕੇ ਅਗਰਵਾਲ ਗਰੁੱਪ ਦੇ ਪ੍ਰਵੀਨ ਅਗਰਵਾਲ ਸਣੇ 5 ਦੇ ਉੱਪਰ ਐਫ ਆਈ ਆਰ ਦਰਜ ਹੋਈ ਸੀ। ਤਾਂ ਤੁਹਾਨੂੰ ਜ਼ਰੂਰ ਹੀ ਯਾਦ ਦਿਵਾ ਦਈਏ ਕਿ ਕੇ ਵੀ ਗਰੁੱਪ ਦੀ ਸ਼ਿਕਾਇਤ ਦੇ ਉੱਪਰ ਕਰੋੜਾਂ ਰੁਪਏ ਦੀ ਠੱਗੀ ਮਾਮਲੇ ਦੇ ਵਿੱਚ ਐਮ ਕੇ ਅਗਰਵਾਲ ਗਰੁੱਪ ਦੇ ਪ੍ਰਵੀਨ ਅਗਰਵਾਲ, ਇਸ ਦੇ ਨਾਲ ਹੀ ਸਵਰਨ ਸਿੰਘ ਅਤੇ ਪਰਮਿੰਦਰ ਸਿੰਘ ਸਣੇ 2 ਮਹਿਲਾਵਾਂ ਵੀ ਜਿਹੜੀਆਂ ਨੇ ਇਸ ਮਾਮਲੇ ਦੇ ਵਿੱਚ ਸ਼ਾਮਲ ਸੀ, ਜਿਨ੍ਹਾਂ ਦੇ ਉੱਪਰ ਐਫ ਆਈ ਆਰ ਦਰਜ ਕੀਤੀ ਗਈ ਸੀ। ਤਾਂ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਵੱਡਾ ਅਪਡੇਟ ਸਾਹਮਣੇ ਆਇਆ ਅੱਜ, ਯਾਨੀ ਕਿ 4 ਨਵੰਬਰ ਨੂੰ ਜ਼ਮਾਨਤ ਦੀ ਜਿਹੜੀ ਅਰਜ਼ੀ ਪਾਈ ਗਈ ਸੀ ਉਸ ਦੇ ਲਈ ਅਦਾਲਤ ਦੇ ਵਿੱਚ ਸੁਣਵਾਈ ਸੀ, ਅਤੇ ਸੁਣਵਾਈ ਦੇ ਦੌਰਾਨ 3 ਦਿਨ ਬਾਅਦ ਦੀ ਡੇਟ ਜਿਹੜੀ ਹੈ ਹੁਣ ਇਸ ਮਾਮਲੇ ਦੇ ਵਿੱਚ ਪੈ ਚੁੱਕੀ ਹੈ। 3 ਦਿਨ ਬਾਅਦ ਕੀ ਕੁਝ ਸੁਣਵਾਈ ਹੋਏਗੀ, ਕੀ ਕੋਈ ਫੈਸਲਾ ਲਿੱਤਾ ਜਾਏਗਾ ਜਾਂ ਫਿਰ ਅਗਲੀ ਡੇਟ ਪਾਈ ਜਾਏਗੀ, ਇਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਏਗਾ। ਪਰ ਕੁੱਲ ਮਿਲਾ ਕੇ ਵੱਡੀ ਅਪਡੇਟ ਇਹੀ ਸਾਹਮਣੇ ਆ ਰਹੀ ਹੈ ਕਿ ਐਮ ਕੇ ਅਗਰਵਾਲ ਗਰੁੱਪ ਦੇ ਪ੍ਰਵੀਨ ਅਗਰਵਾਲ, ਜਿਨ੍ਹਾਂ ਦੇ ਵੱਲੋਂ ਜ਼ਮਾਨਤ ਦੀ ਅਰਜ਼ੀ ਜਿਹੜੀ ਹੈ ਅਦਾਲਤ ਦੇ ਵਿੱਚ ਪਾਈ ਗਈ ਸੀ, ਤਾਂ ਉਹ ਜ਼ਮਾਨਤ ਦੀ ਅਰਜ਼ੀ ਦੇ ਉੱਪਰ ਸੁਣਵਾਈ ਜਿਹੜੀ ਅਦਾਲਤ ਦੇ ਵੱਲੋਂ ਕਰ ਲਿੱਤੀ ਗਈ ਹੈ, ਅਤੇ 3 ਦਿਨ ਬਾਅਦ ਦੀ ਡੇਟ ਜਿਹੜੀ ਇਸ ਮਾਮਲੇ ਦੇ ਵਿੱਚ ਪੈ ਚੁੱਕੀ ਹੈ। ਤਾਂ ਦੇਖ ਸਕਦੇ ਸੀ ਕਿ ਜਿਸ ਵੇਲੇ ਐਫ ਆਈ ਆਰ ਦਰਜ ਹੋਈ ਉਸ ਵੇਲੇ ਐਮ ਕੇ ਅਗਰਵਾਲ ਦੀ ਮੁਸ਼ਕਲਾਂ ਜਿਹੜੀਆਂ ਨੇ ਕਾਫ਼ੀ ਜ਼ਿਆਦਾ ਵਧੀਆਂ ਹੋਈਆਂ ਨਜ਼ਰ ਆ ਰਹੀ ਸੀ। ਪ੍ਰੋਪਰਟੀ ਦੀ ਖਰੀਦ ਦੇ ਮਾਮਲੇ ਦੇ ਵਿੱਚ ਐਫ ਆਈ ਆਰ ਜਿਹੜੀ ਹੈ ਕੇ ਵੀ ਗਰੁੱਪ ਦੇ ਵੱਲੋਂ ਦਰਜ ਕਰਵਾਈ ਗਈ ਸੀ, ਅਤੇ ਸ਼ਿਕਾਇਤ ਦੇ ਮਗਰੋਂ ਹੁਣ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਜ਼ਮਾਨਤ ਦੀ ਅਰਜ਼ੀ ਅਦਾਲਤ ਦੇ ਵਿੱਚ ਪਾਉਣ ਮਗਰੋਂ ਅਤੇ 3 ਦਿਨ ਬਾਅਦ ਦੀ ਡੇਟ ਜਿਹੜੀ ਇਸ ਮਾਮਲੇ ਦੇ ਵਿੱਚ ਪੈ ਚੁੱਕੀ ਹੈ। ਤਾਂ ਅੱਗੇ ਹੁਣ 3 ਦਿਨਾਂ ਬਾਅਦ ਅਦਾਲਤ ਦੇ ਵਿੱਚ ਕੀ ਕੁਝ ਸੁਣਵਾਈ ਹੋਏਗੀ, ਇਹ ਤੁਹਾਡੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਹੀ ਸਾਂਝਾ ਕਰਾਂਗੇ। ਇਸ ਵੇਲੇ ਦੀ ਖਬਰ ਲੁਧਿਆਣਾ ਸ਼ਹਿਰ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਤੁਹਾਡੇ ਨਾਲ ਵੀ ਅਸੀਂ ਇਹ ਮਾਮਲਾ ਸਾਂਝਾ ਕੀਤਾ ਸੀ, ਜਿੱਥੇ ਐਮ ਕੇ ਅਗਰਵਾਲ ਗਰੁੱਪ ਦੇ ਪ੍ਰਵੀਨ ਅਗਰਵਾਲ ਸਣੇ 5 ਦੇ ਉੱਪਰ ਐਫ ਆਈ ਆਰ ਦਰਜ ਹੋਈ ਸੀ। ਤਾਂ ਤੁਹਾਨੂੰ ਜ਼ਰੂਰ ਹੀ ਯਾਦ ਦਿਵਾ ਦਈਏ ਕਿ ਕੇ ਵੀ ਗਰੁੱਪ ਦੀ ਸ਼ਿਕਾਇਤ ਦੇ ਉੱਪਰ ਕਰੋੜਾਂ ਰੁਪਏ ਦੀ ਠੱਗੀ ਮਾਮਲੇ ਦੇ ਵਿੱਚ ਐਮ ਕੇ ਅਗਰਵਾਲ ਗਰੁੱਪ ਦੇ ਪ੍ਰਵੀਨ ਅਗਰਵਾਲ, ਇਸ ਦੇ ਨਾਲ ਹੀ ਸਵਰਨ ਸਿੰਘ ਅਤੇ ਪਰਮਿੰਦਰ ਸਿੰਘ ਸਣੇ 2 ਮਹਿਲਾਵਾਂ ਵੀ ਜਿਹੜੀਆਂ ਨੇ ਇਸ ਮਾਮਲੇ ਦੇ ਵਿੱਚ ਸ਼ਾਮਲ ਸੀ, ਜਿਨ੍ਹਾਂ ਦੇ ਉੱਪਰ ਐਫ ਆਈ ਆਰ ਦਰਜ ਕੀਤੀ ਗਈ ਸੀ। ਤਾਂ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਵੱਡਾ ਅਪਡੇਟ ਸਾਹਮਣੇ ਆਇਆ ਅੱਜ, ਯਾਨੀ ਕਿ 4 ਨਵੰਬਰ ਨੂੰ ਜ਼ਮਾਨਤ ਦੀ ਜਿਹੜੀ ਅਰਜ਼ੀ ਪਾਈ ਗਈ ਸੀ ਉਸ ਦੇ ਲਈ ਅਦਾਲਤ ਦੇ ਵਿੱਚ ਸੁਣਵਾਈ ਸੀ, ਅਤੇ ਸੁਣਵਾਈ ਦੇ ਦੌਰਾਨ 3 ਦਿਨ ਬਾਅਦ ਦੀ ਡੇਟ ਜਿਹੜੀ ਹੈ ਹੁਣ ਇਸ ਮਾਮਲੇ ਦੇ ਵਿੱਚ ਪੈ ਚੁੱਕੀ ਹੈ। 3 ਦਿਨ ਬਾਅਦ ਕੀ ਕੁਝ ਸੁਣਵਾਈ ਹੋਏਗੀ, ਕੀ ਕੋਈ ਫੈਸਲਾ ਲਿੱਤਾ ਜਾਏਗਾ ਜਾਂ ਫਿਰ ਅਗਲੀ ਡੇਟ ਪਾਈ ਜਾਏਗੀ, ਇਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਏਗਾ। ਪਰ ਕੁੱਲ ਮਿਲਾ ਕੇ ਵੱਡੀ ਅਪਡੇਟ ਇਹੀ ਸਾਹਮਣੇ ਆ ਰਹੀ ਹੈ ਕਿ ਐਮ ਕੇ ਅਗਰਵਾਲ ਗਰੁੱਪ ਦੇ ਪ੍ਰਵੀਨ ਅਗਰਵਾਲ, ਜਿਨ੍ਹਾਂ ਦੇ ਵੱਲੋਂ ਜ਼ਮਾਨਤ ਦੀ ਅਰਜ਼ੀ ਜਿਹੜੀ ਹੈ ਅਦਾਲਤ ਦੇ ਵਿੱਚ ਪਾਈ ਗਈ ਸੀ, ਤਾਂ ਉਹ ਜ਼ਮਾਨਤ ਦੀ ਅਰਜ਼ੀ ਦੇ ਉੱਪਰ ਸੁਣਵਾਈ ਜਿਹੜੀ ਅਦਾਲਤ ਦੇ ਵੱਲੋਂ ਕਰ ਲਿੱਤੀ ਗਈ ਹੈ, ਅਤੇ 3 ਦਿਨ ਬਾਅਦ ਦੀ ਡੇਟ ਜਿਹੜੀ ਇਸ ਮਾਮਲੇ ਦੇ ਵਿੱਚ ਪੈ ਚੁੱਕੀ ਹੈ। ਤਾਂ ਦੇਖ ਸਕਦੇ ਸੀ ਕਿ ਜਿਸ ਵੇਲੇ ਐਫ ਆਈ ਆਰ ਦਰਜ ਹੋਈ ਉਸ ਵੇਲੇ ਐਮ ਕੇ ਅਗਰਵਾਲ ਦੀ ਮੁਸ਼ਕਲਾਂ ਜਿਹੜੀਆਂ ਨੇ ਕਾਫ਼ੀ ਜ਼ਿਆਦਾ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਸੀ। ਪ੍ਰੋਪਰਟੀ ਦੀ ਖਰੀਦ ਦੇ ਮਾਮਲੇ ਦੇ ਵਿੱਚ ਐਫ ਆਈ ਆਰ ਜਿਹੜੀ ਹੈ ਕੇ ਵੀ ਗਰੁੱਪ ਦੇ ਵੱਲੋਂ ਦਰਜ ਕਰਵਾਈ ਗਈ ਸੀ, ਅਤੇ ਸ਼ਿਕਾਇਤ ਦੇ ਮਗਰੋਂ ਹੁਣ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਜ਼ਮਾਨਤ ਦੀ ਅਰਜ਼ੀ ਅਦਾਲਤ ਦੇ ਵਿੱਚ ਪਾਉਣ ਮਗਰੋਂ ਅਤੇ 3 ਦਿਨ ਬਾਅਦ ਦੀ ਡੇਟ ਜਿਹੜੀ ਇਸ ਮਾਮਲੇ ਦੇ ਵਿੱਚ ਪੈ ਚੁੱਕੀ ਹੈ। ਤਾਂ ਅੱਗੇ ਹੁਣ 3 ਦਿਨਾਂ ਬਾਅਦ ਅਦਾਲਤ ਦੇ ਵਿੱਚ ਕੀ ਕੁਝ ਸੁਣਵਾਈ ਹੋਏਗੀ, ਇਹ ਤੁਹਾਡੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਹੀ ਸਾਂਝਾ ਕਰਾਂਗੇ। ਇਸ ਵੇਲੇ ਦੀ ਖਬਰ ਲੁਧਿਆਣਾ ਸ਼ਹਿਰ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਤੁਹਾਡੇ ਨਾਲ ਵੀ ਅਸੀਂ ਇਹ ਮਾਮਲਾ ਸਾਂਝਾ ਕੀਤਾ ਸੀ, ਜਿੱਥੇ ਐਮ ਕੇ ਅਗਰਵਾਲ ਗਰੁੱਪ ਦੇ ਪ੍ਰਵੀਨ ਅਗਰਵਾਲ ਸਣੇ 5 ਦੇ ਉੱਪਰ ਐਫ ਆਈ ਆਰ ਦਰਜ ਹੋਈ ਸੀ। ਤਾਂ ਤੁਹਾਨੂੰ ਜ਼ਰੂਰ ਹੀ ਯਾਦ ਦਿਵਾ ਦਈਏ ਕਿ ਕੇ ਵੀ ਗਰੁੱਪ ਦੀ ਸ਼ਿਕਾਇਤ ਦੇ ਉੱਪਰ ਕਰੋੜਾਂ ਰੁਪਏ ਦੀ ਠੱਗੀ ਮਾਮਲੇ ਦੇ ਵਿੱਚ ਐਮ ਕੇ ਅਗਰਵਾਲ ਗਰੁੱਪ ਦੇ ਪ੍ਰਵੀਨ ਅਗਰਵਾਲ, ਇਸ ਦੇ ਨਾਲ ਹੀ ਸਵਰਨ ਸਿੰਘ ਅਤੇ ਪਰਮਿੰਦਰ ਸਿੰਘ ਸਣੇ 2 ਮਹਿਲਾਵਾਂ ਵੀ ਜਿਹੜੀਆਂ ਨੇ ਇਸ ਮਾਮਲੇ ਦੇ ਵਿੱਚ ਸ਼ਾਮਲ ਸੀ, ਜਿਨ੍ਹਾਂ ਦੇ ਉੱਪਰ ਐਫ ਆਈ ਆਰ ਦਰਜ ਕੀਤੀ ਗਈ ਸੀ। ਤਾਂ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਵੱਡਾ ਅਪਡੇਟ ਸਾਹਮਣੇ ਆਇਆ ਅੱਜ, ਯਾਨੀ ਕਿ 4 ਨਵੰਬਰ ਨੂੰ ਜ਼ਮਾਨਤ ਦੀ ਜਿਹੜੀ ਅਰਜ਼ੀ ਪਾਈ ਗਈ ਸੀ ਉਸ ਦੇ ਲਈ ਅਦਾਲਤ ਦੇ ਵਿੱਚ ਸੁਣਵਾਈ ਸੀ, ਅਤੇ ਸੁਣਵਾਈ ਦੇ ਦੌਰਾਨ 3 ਦਿਨ ਬਾਅਦ ਦੀ ਡੇਟ ਜਿਹੜੀ ਹੈ ਹੁਣ ਇਸ ਮਾਮਲੇ ਦੇ ਵਿੱਚ ਪੈ ਚੁੱਕੀ ਹੈ। 3 ਦਿਨ ਬਾਅਦ ਕੀ ਕੁਝ ਸੁਣਵਾਈ ਹੋਏਗੀ, ਕੀ ਕੋਈ ਫੈਸਲਾ ਲਿੱਤਾ ਜਾਏਗਾ ਜਾਂ ਫਿਰ ਅਗਲੀ ਡੇਟ ਪਾਈ ਜਾਏਗੀ, ਇਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਏਗਾ। ਪਰ ਕੁੱਲ ਮਿਲਾ ਕੇ ਵੱਡੀ ਅਪਡੇਟ ਇਹੀ ਸਾਹਮਣੇ ਆ ਰਹੀ ਹੈ ਕਿ ਐਮ ਕੇ ਅਗਰਵਾਲ ਗਰੁੱਪ ਦੇ ਪ੍ਰਵੀਨ ਅਗਰਵਾਲ, ਜਿਨ੍ਹਾਂ ਦੇ ਵੱਲੋਂ ਜ਼ਮਾਨਤ ਦੀ ਅਰਜ਼ੀ ਜਿਹੜੀ ਹੈ ਅਦਾਲਤ ਦੇ ਵਿੱਚ ਪਾਈ ਗਈ ਸੀ, ਤਾਂ ਉਹ ਜ਼ਮਾਨਤ ਦੀ ਅਰਜ਼ੀ ਦੇ ਉੱਪਰ ਸੁਣਵਾਈ ਜਿਹੜੀ ਅਦਾਲਤ ਦੇ ਵੱਲੋਂ ਕਰ ਲਿੱਤੀ ਗਈ ਹੈ, ਅਤੇ 3 ਦਿਨ ਬਾਅਦ ਦੀ ਡੇਟ ਜਿਹੜੀ ਇਸ ਮਾਮਲੇ ਦੇ ਵਿੱਚ ਪੈ ਚੁੱਕੀ ਹੈ। ਤਾਂ ਦੇਖ ਸਕਦੇ ਸੀ ਕਿ ਜਿਸ ਵੇਲੇ ਐਫ ਆਈ ਆਰ ਦਰਜ ਹੋਈ ਉਸ ਵੇਲੇ ਐਮ ਕੇ ਅਗਰਵਾਲ ਦੀ ਮੁਸ਼ਕਲਾਂ ਜਿਹੜੀਆਂ ਨੇ ਕਾਫ਼ੀ ਜ਼ਿਆਦਾ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਸੀ। ਪ੍ਰੋਪਰਟੀ ਦੀ ਖਰੀਦ ਦੇ ਮਾਮਲੇ ਦੇ ਵਿੱਚ ਐਫ ਆਈ ਆਰ ਜਿਹੜੀ ਹੈ ਕੇ ਵੀ ਗਰੁੱਪ ਦੇ ਵੱਲੋਂ ਦਰਜ ਕਰਵਾਈ ਗਈ ਸੀ, ਅਤੇ ਸ਼ਿਕਾਇਤ ਦੇ ਮਗਰੋਂ ਹੁਣ
FIR दर्ज होने तो बाद जमानत की अर्जी अदालत दे विच पाउण मगरों ते 3 दिन बाद दी डेट जिहड़ी इस मामले दे विच पै चुकी है, तो अगे हुण 3 दिन बाद अदालत दे विच की कुछ सुनवाई होएगी ये तुहाडे नाल आउण वाले समय दे विच जरूर ही साझा करांगे। इस वेले की खबर लुधियाना शहर के नाल जुड़ी हुई सामने आ रही है। दस दिए कि कुछ दिन पहला तुहाडे नाल भी असी यह मामला सांझा किया सी, जिथे MK अग्रवाल ग्रुप के प्रवीण अग्रवाल सने 5 के उपर FIR दर्ज हुई सी। ता तुहानू जरूर ही याद दवा दिए कि KV ग्रुप की शिकायत के उपर करोड़ों रुपए की ठगी मामले के विच MK अग्रवाल ग्रुप के प्रवीण अग्रवाल इस दे नाल ही स्वर्ण सिंह ते परमिंदर सिंह सने 2 महिलावां भी जिहड़ियां ने इस मामले के विच शामिल सी, जिन्हां के उपर FIR दर्ज की गई सी। ता दस दिए कि इस मामले के विच वड्डा अपडेट सामने आया, अज यानी कि 4 नवंबर नू जमानत की जिहड़ी अर्जी पाई गई सी उसके लिए अदालत दे विच सुनवाई सी, ते सुनवाई दे दौरान 3 दिन बाद दी डेट जिहड़ी है हुण इस मामले दे विच पै चुकी है। 3 दिन बाद की कुछ सुनवाई होएगी, की कोई फैसला लिता जाएगा या फिर अगली डेट पाई जाएगी, ये आने वाले समय दे विच देखना होएगा। पर कुल मिला के वड्डी अपडेट यही सामने आ रही है कि MK अग्रवाल ग्रुप दे प्रवीण अग्रवाल जिन्हां दे वल्लों जमानत दी अर्जी जिहड़ी है अदालत दे विच पाई गई सी, तो जमानत दी अर्जी के उपर सुनवाई जी अदालत के वालों कर ली गई है, तो 3 दिन बाद की डेट जी इस मामले के पै चुकी है। तो देख सकते कि जिस वेले FIR दर्ज हुई उस वेले MK अग्रवाल की मुश्किल जड़िया ने काफ़ी ज़्यादा वधिया हुई नज़र आ रही सी। प्रॉपर्टी की खरीद के मामले के FIR जी है KV ग्रुप के वालों दर्ज करवाई गई सी, शिकायत के मगरों हुण FIR दर्ज होने तो बाद जमानत की अर्जी अदालत दे विच पाउण मगरों ते 3 दिन बाद दी डेट जिहड़ी इस मामले दे विच पै चुकी है, तो अगे हुण 3 दिन बाद अदालत दे विच की कुछ सुनवाई होएगी ये तुहाडे नाल आउण वाले समय दे विच जरूर ही साझा करांगे। इस वेले की खबर लुधियाना शहर के नाल जुड़ी हुई सामने आ रही है। दस दिए कि कुछ दिन पहला तुहाडे नाल भी असी यह मामला साझा किया सी, जिथे MK अग्रवाल ग्रुप के प्रवीण अग्रवाल सने 5 के उपर FIR दर्ज हुई सी। ता तुहानू जरूर ही याद दवा दिए कि KV ग्रुप की शिकायत के उपर करोड़ों रुपए की ठगी मामले के विच MK अग्रवाल ग्रुप के प्रवीण अग्रवाल इस दे नाल ही स्वर्ण सिंह ते परमिंदर सिंह सने 2 महिलावां भी जिहड़ियां ने इस मामले के विच शामिल सी, जिन्हां के उपर FIR दर्ज की गई सी। ता दस दिए कि इस मामले के विच वड्डा अपडेट सामने आया, अज यानी कि 4 नवंबर नू जमानत की जिहड़ी अर्जी पाई गई सी उसके लिए अदालत दे विच सुनवाई सी, ते सुनवाई दे दौरान 3 दिन बाद दी डेट जिहड़ी है हुण इस मामले दे विच पै चुकी है। 3 दिन बाद की कुछ सुनवाई होएगी, कि कोई फैसला लिता जाएगा या फिर अगली डेट पाई जाएगी ये आने वाले समय दे विच देखना होएगा। पर कुल मिला के वड्डी अपडेट यही सामने आ रही है कि MK अग्रवाल ग्रुप दे प्रवीण अग्रवाल जिन्हां दे वल्लों जमानत दी अर्जी जिहड़ी है अदालत दे विच पाई गई सी, तो जमानत दी अर्जी के उपर सुनवाई जी अदालत के वालों कर ली गई है, तो 3 दिन बाद की डेट जी इस मामले के पै चुकी है। तो देख सकते कि जिस वेले FIR दर्ज हुई उस वेले MK अग्रवाल की मुश्किल जड़िया ने काफ़ी ज़्यादा वधिया हुई नज़र आ रही सी। प्रॉपर्टी की खरीद के मामले के FIR जी है KV ग्रुप के वालों दर्ज करवाई गई सी, शिकायत के मगरों हुण FIR दर्ज होने तो बाद जमानत की अर्जी अदालत दे विच पाउण मगरों ते 3 दिन बाद दी डेट जिहड़ी इस मामले दे विच पै चुकी है, तो अगे हुण 3 दिन बाद अदालत दे विच की कुछ सुनवाई होएगी ये तुहाडे नाल आउण वाले समय दे विच जरूर ही साझा करांगे। इस वेले की खबर लुधियाना शहर के नाल जुड़ी हुई सामने आ रही है। दस दिए कि कुछ दिन पहला तुहाडे नाल भी असी यह मामला साझा किया सी, जिथे MK अग्रवाल ग्रुप के प्रवीण अग्रवाल सने 5 के उपर FIR दर्ज हुई सी। ता तुहानू जरूर ही याद दवा दिए कि KV ग्रुप की शिकायत के उपर करोड़ों रुपए की ठगी मामले के विच MK अग्रवाल ग्रुप के प्रवीण अग्रवाल इस दे नाल ही स्वर्ण सिंह ते परमिंदर सिंह सने 2 महिलावां भी जिहड़ियां ने इस मामले के विच शामिल सी, जिन्हां के उपर FIR दर्ज की गई सी। ता दस दिए कि इस मामले के विच वड्डा अपडेट सामने आया, अज यानी कि 4 नवंबर नू जमानत की जिहड़ी अर्जी पाई गई सी उसके लिए
अदालत दे विच सुनवाई सी ते सुनवाई दे दौरान 3 दिन बाद दी डेट जिहड़ी है हुण इस मामले दे विच पै चुकी है। 3 दिन बाद की कुछ सुनवाई होएगी, की कोई फैसला लिता जाएगा या फिर अगली डेट पाई जाएगी, ये आने वाले समय दे विच देखना होएगा। पर कुल मिला के वड्डी अपडेट यही सामने आ रही है कि एम के अग्रवाल ग्रुप के प्रवीण अग्रवाल जिन्हों के वलों जमानत की अर्जी जी अदालत दे विच पाई गई सी, तो जमानत की अर्जी के उपर सुनवाई जी अदालत दे वलों कर लीती गई है। तो 3 दिन बाद दी डेट जी इस मामले दे विच पै चुकी है। तो देख सकते कि जिस वेले एफ आई आर दर्ज हुई उस वेले एम के अग्रवाल की मुश्किल जीडिया ने काफ़ी ज़्यादा वधिया हुई नज़र आ रही थी। प्रॉपर्टी की खरीद के मामले दे विच एफ आई आर जी है केवी ग्रुप के वलों दर्ज करवाई गई सी, शिकायत के मगरों हुण एफ आई आर दर्ज होने तो बाद जमानत की अर्जी अदालत पाउण मगरों ते 3 दिन बाद दी डेट जी इस मामले दे विच पै चुकी है। तो अगे हुण 3 दिन बाद अदालत की कुछ सुनवाई होएगी, ये तुहाडे नाल आने वाले समय दे विच जरूर ही साझा करांगे। इस वेले की खबर लुधियाना शहर के नाल जुड़ी हुई सामने आ रही है। दस दी कि कुछ दिन पहला तुहाडे नाल भी असी ये मामला साझा किया सी, जिथे एम के अग्रवाल ग्रुप के प्रवीण अग्रवाल सने 5 के उपर एफ आई आर दर्ज हुई सी। ता तुहानू जरूर ही याद दवा दिए कि केवी ग्रुप की शिकायत के उपर करोड़ों रुपए की ठगी मामले के विच एम के अग्रवाल ग्रुप के प्रवीण अग्रवाल इस दे नाल ही स्वर्ण सिंह ते परमिंदर सिंह सने 2 महिलावां भी जिहड़ियां ने इस मामले के विच शामिल सी, जिन्हां के उपर एफ आई आर दर्ज की गई सी। तो दस दिए कि इस मामले के विच वड्डा अपडेट सामने आया अज, यानी कि 4 नवंबर नूं जमानत की जिहड़ी अर्जी पाई गई सी उसके लिए अदालत दे विच सुनवाई सी, ते सुनवाई दे दौरान 3 दिन बाद दी डेट जिहड़ी है हुण इस मामले दे विच पै चुकी है। 3 दिन बाद की कुछ सुनवाई होएगी, कि कोई फैसला लिता जाएगा या फिर अगली डेट पाई जाएगी, ये आने वाले समय दे विच देखना होएगा। पर कुल मिला के वड्डी अपडेट यही सामने आ रही है कि एम के अग्रवाल ग्रुप के प्रवीण अग्रवाल जिन्हों के वलों जमानत की अर्जी जी अदालत दे विच पाई गई सी, तो जमानत की अर्जी के उपर सुनवाई जी अदालत दे वलों कर लीती गई है। तो 3 दिन बाद दी डेट जी इस मामले दे विच पै चुकी है। तो देख सकते कि जिस वेले एफ आई आर दर्ज हुई उस वेले एम के अग्रवाल की मुश्किल जीडिया ने काफ़ी ज़्यादा वधिया हुई नज़र आ रही थी। प्रॉपर्टी की खरीद के मामले दे विच एफ आई आर जी है केवी ग्रुप के वलों दर्ज करवाई गई सी, शिकायत के मगरों हुण एफ आई आर दर्ज होने तो बाद जमानत की अर्जी अदालत पाउण मगरों ते 3 दिन बाद दी डेट जी इस मामले दे विच पै चुकी है। तो अगे हुण 3 दिन बाद अदालत की कुछ सुनवाई होएगी, ये तुहाडे नाल आने वाले समय दे विच जरूर ही साझा करांगे। इस वेले की खबर लुधियाना शहर के नाल जुड़ी हुई सामने आ रही है। दस दी कि कुछ दिन पहला तुहाडे नाल भी असी ये मामला साझा किया सी, जिथे एम के अग्रवाल ग्रुप के प्रवीण अग्रवाल सने 5 के उपर एफ आई आर दर्ज हुई सी। ता तुहानू जरूर ही याद दवा दिए कि केवी ग्रुप की शिकायत के उपर करोड़ों रुपए की ठगी मामले के विच एम के अग्रवाल ग्रुप के प्रवीण अग्रवाल इस दे नाल ही स्वर्ण सिंह ते परमिंदर सिंह सने 2 महिलावां भी जिहड़ियां ने इस मामले के विच शामिल सी, जिन्हां के उपर एफ आई आर दर्ज की गई सी। तो दस दिए कि इस मामले के विच वड्डा अपडेट सामने आया अज, यानी कि 4 नवंबर नूं जमानत की जिहड़ी अर्जी पाई गई सी उसके लिए अदालत दे विच सुनवाई सी, ते सुनवाई दे दौरान 3 दिन बाद दी डेट जिहड़ी है हुण इस मामले दे विच पै चुकी है। 3 दिन बाद की कुछ सुनवाई होएगी, कि कोई फैसला लिता जाएगा या फिर अगली डेट पाई जाएगी, ये आने वाले समय दे विच देखना होएगा। पर कुल मिला के वड्डी अपडेट यही सामने आ रही है कि एम के अग्रवाल ग्रुप के प्रवीण अग्रवाल जिन्हों के वलों जमानत की अर्जी जी अदालत दे विच पाई गई सी, तो जमानत की अर्जी के उपर सुनवाई जी अदालत दे वलों कर लीती गई है। तो 3 दिन बाद दी डेट जी इस मामले दे विच पै चुकी है। तो देख सकते कि जिस वेले एफ आई आर दर्ज हुई उस वेले एम के अग्रवाल की मुश्किल जीडिया ने काफ़ी ज़्यादा वधिया हुई नज़र आ रही थी। प्रॉपर्टी की खरीद के मामले दे विच एफ आई आर जी है केवी ग्रुप के वलों दर्ज करवाई गई सी, शिकायत के मगरों हुण एफ आई आर दर्ज होने तो बाद जमानत की अर्जी अदालत पाउण मगरों ते 3 दिन बाद दी डेट जी इस मामले दे विच पै चुकी है। तो अगे हुण 3 दिन बाद अदालत की कुछ सुनवाई होएगी, ये तुहाडे नाल आने वाले समय दे विच जरूर ही साझा करांगे। इस वेले की खबर लुधियाना शहर के नाल जुड़ी हुई सामने आ रही है। दस दी कि कुछ दिन पहला तुहाडे नाल भी असी ये मामला साझा किया सी, जिथे एम के अग्रवाल ग्रुप के प्रवीण अग्रवाल सने 5 के उपर एफ आई आर दर्ज हुई सी।
ਤਾਂ ਤੁਹਾਨੂੰ ਜ਼ਰੂਰ ਹੀ ਯਾਦ ਦਿਵਾ ਦਈਏ ਕਿ ਕੇਵੀ ਗਰੁੱਪ ਦੀ ਸ਼ਿਕਾਇਤ ਦੇ ਉੱਪਰ ਕਰੋੜਾਂ ਰੁਪਏ ਦੀ ਠੱਗੀ ਮਾਮਲੇ ਦੇ ਵਿੱਚ ਐਮ ਕੇ ਅਗਰਵਾਲ ਗਰੁੱਪ ਦੇ ਪ੍ਰਵੀਣ ਅਗਰਵਾਲ, ਇਸ ਦੇ ਨਾਲ ਹੀ ਸਵਰਨ ਸਿੰਘ ਅਤੇ ਪਰਮਿੰਦਰ ਸਿੰਘ ਸਣੇ ਦੋ ਮਹਿਲਾਵਾਂ ਵੀ ਜਿਹੜੀਆਂ ਨੇ ਇਸ ਮਾਮਲੇ ਦੇ ਵਿੱਚ ਸ਼ਾਮਲ ਸੀ, ਜਿਨ੍ਹਾਂ ਦੇ ਉੱਪਰ ਐਫ ਆਈ ਆਰ ਦਰਜ ਕੀਤੀ ਗਈ ਸੀ। ਤਾਂ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਵੱਡਾ ਅਪਡੇਟ ਸਾਹਮਣੇ ਆਇਆ ਅੱਜ, ਯਾਨੀ ਕਿ 4 ਨਵੰਬਰ ਨੂੰ ਜ਼ਮਾਨਤ ਦੀ ਜਿਹੜੀ ਅਰਜ਼ੀ ਪਾਈ ਗਈ ਸੀ ਉਸ ਦੇ ਲਈ ਅਦਾਲਤ ਦੇ ਵਿੱਚ ਸੁਣਵਾਈ ਸੀ, ਅਤੇ ਸੁਣਵਾਈ ਦੇ ਦੌਰਾਨ 3 ਦਿਨ ਬਾਅਦ ਦੀ ਡੇਟ ਜਿਹੜੀ ਹੈ ਹੁਣ ਇਸ ਮਾਮਲੇ ਦੇ ਵਿੱਚ ਪੈ ਚੁੱਕੀ ਹੈ। 3 ਦਿਨ ਬਾਅਦ ਕੀ ਕੁਝ ਸੁਣਵਾਈ ਹੋਏਗੀ, ਕੀ ਕੋਈ ਫੈਸਲਾ ਲਿੱਤਾ ਜਾਏਗਾ ਜਾਂ ਫਿਰ ਅਗਲੀ ਡੇਟ ਪਾਈ ਜਾਏਗੀ, ਇਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਏਗਾ। ਪਰ ਕੁੱਲ ਮਿਲਾ ਕੇ ਵੱਡੀ ਅਪਡੇਟ ਇਹੀ ਸਾਹਮਣੇ ਆ ਰਹੀ ਹੈ ਕਿ ਐਮ ਕੇ ਅਗਰਵਾਲ ਗਰੁੱਪ ਦੇ ਪ੍ਰਵੀਣ ਅਗਰਵਾਲ, ਜਿਨ੍ਹਾਂ ਦੇ ਵੱਲੋਂ ਜ਼ਮਾਨਤ ਦੀ ਅਰਜ਼ੀ ਜਿਹੜੀ ਹੈ ਅਦਾਲਤ ਦੇ ਵਿੱਚ ਪਾਈ ਗਈ ਸੀ, ਤਾਂ ਉਹ ਜ਼ਮਾਨਤ ਦੀ ਅਰਜ਼ੀ ਦੇ ਉੱਪਰ ਸੁਣਵਾਈ ਜਿਹੜੀ ਅਦਾਲਤ ਦੇ ਵੱਲੋਂ ਕਰ ਲਿੱਤੀ ਗਈ ਹੈ, ਅਤੇ 3 ਦਿਨ ਬਾਅਦ ਦੀ ਡੇਟ ਜਿਹੜੀ ਇਸ ਮਾਮਲੇ ਦੇ ਵਿੱਚ ਪੈ ਚੁੱਕੀ ਹੈ। ਤਾਂ ਦੇਖ ਸਕਦੇ ਸੀ ਕਿ ਜਿਸ ਵੇਲੇ ਐਫ ਆਈ ਆਰ ਦਰਜ ਹੋਈ ਉਸ ਵੇਲੇ ਐਮ ਕੇ ਅਗਰਵਾਲ ਦੀ ਮੁਸ਼ਕਲਾਂ ਜਿਹੜੀਆਂ ਨੇ ਕਾਫੀ ਜ਼ਿਆਦਾ ਵਧੀਆਂ ਹੋਈਆਂ ਨਜ਼ਰ ਆ ਰਹੀ ਸੀ। ਪ੍ਰੋਪਰਟੀ ਦੀ ਖਰੀਦ ਦੇ ਮਾਮਲੇ ਦੇ ਵਿੱਚ ਐਫ ਆਈ ਆਰ ਜਿਹੜੀ ਹੈ ਕੇ ਵੀ ਗਰੁੱਪ ਦੇ ਵੱਲੋਂ ਦਰਜ ਕਰਵਾਈ ਗਈ ਸੀ, ਅਤੇ ਸ਼ਿਕਾਇਤ ਦੇ ਮਗਰੋਂ ਹੁਣ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਜ਼ਮਾਨਤ ਦੀ ਅਰਜ਼ੀ ਅਦਾਲਤ ਦੇ ਵਿੱਚ ਪਾਉਣ ਮਗਰੋਂ ਅਤੇ 3 ਦਿਨ ਬਾਅਦ ਦੀ ਡੇਟ ਜਿਹੜੀ ਇਸ ਮਾਮਲੇ ਦੇ ਵਿੱਚ ਪੈ ਚੁੱਕੀ ਹੈ। ਤਾਂ ਅੱਗੇ ਹੁਣ 3 ਦਿਨਾਂ ਬਾਅਦ ਅਦਾਲਤ ਦੇ ਵਿੱਚ ਕੀ ਕੁਝ ਸੁਣਵਾਈ ਹੋਏਗੀ, ਇਹ ਤੁਹਾਡੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਹੀ ਸਾਂਝਾ ਕਰਾਂਗੇ। ਇਸ ਵੇਲੇ ਦੀ ਖਬਰ ਲੁਧਿਆਣਾ ਸ਼ਹਿਰ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਤੁਹਾਡੇ ਨਾਲ ਵੀ ਅਸੀਂ ਇਹ ਮਾਮਲਾ ਸਾਂਝਾ ਕੀਤਾ ਸੀ, ਜਿੱਥੇ ਐਮ ਕੇ ਅਗਰਵਾਲ ਗਰੁੱਪ ਦੇ ਪ੍ਰਵੀਣ ਅਗਰਵਾਲ ਸਣੇ 5 ਦੇ ਉੱਪਰ ਐਫ ਆਈ ਆਰ ਦਰਜ ਹੋਈ ਸੀ। ਤਾਂ ਤੁਹਾਨੂੰ ਜ਼ਰੂਰ ਹੀ ਯਾਦ ਦਿਵਾ ਦਈਏ ਕਿ ਕੇ ਵੀ ਗਰੁੱਪ ਦੀ ਸ਼ਿਕਾਇਤ ਦੇ ਉੱਪਰ ਕਰੋੜਾਂ ਰੁਪਏ ਦੀ ਠੱਗੀ ਮਾਮਲੇ ਦੇ ਵਿੱਚ ਐਮ ਕੇ ਅਗਰਵਾਲ ਗਰੁੱਪ ਦੇ ਪ੍ਰਵੀਣ ਅਗਰਵਾਲ, ਇਸ ਦੇ ਨਾਲ ਹੀ ਸਵਰਨ ਸਿੰਘ ਅਤੇ ਪਰਮਿੰਦਰ ਸਿੰਘ ਸਣੇ ਦੋ ਮਹਿਲਾਵਾਂ ਵੀ ਜਿਹੜੀਆਂ ਨੇ ਇਸ ਮਾਮਲੇ ਦੇ ਵਿੱਚ ਸ਼ਾਮਲ ਸੀ, ਜਿਨ੍ਹਾਂ ਦੇ ਉੱਪਰ ਐਫ ਆਈ ਆਰ ਦਰਜ ਕੀਤੀ ਗਈ ਸੀ। ਤਾਂ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਵੱਡਾ ਅਪਡੇਟ ਸਾਹਮਣੇ ਆਇਆ ਅੱਜ, ਯਾਨੀ ਕਿ 4 ਨਵੰਬਰ ਨੂੰ ਜ਼ਮਾਨਤ ਦੀ ਜਿਹੜੀ ਅਰਜ਼ੀ ਪਾਈ ਗਈ ਸੀ ਉਸ ਦੇ ਲਈ ਅਦਾਲਤ ਦੇ ਵਿੱਚ ਸੁਣਵਾਈ ਸੀ, ਅਤੇ ਸੁਣਵਾਈ ਦੇ ਦੌਰਾਨ 3 ਦਿਨ ਬਾਅਦ ਦੀ ਡੇਟ ਜਿਹੜੀ ਹੈ ਹੁਣ ਇਸ ਮਾਮਲੇ ਦੇ ਵਿੱਚ ਪੈ ਚੁੱਕੀ ਹੈ। 3 ਦਿਨ ਬਾਅਦ ਕੀ ਕੁਝ ਸੁਣਵਾਈ ਹੋਏਗੀ, ਕੀ ਕੋਈ ਫੈਸਲਾ ਲਿੱਤਾ ਜਾਏਗਾ ਜਾਂ ਫਿਰ ਅਗਲੀ ਡੇਟ ਪਾਈ ਜਾਏਗੀ, ਇਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਏਗਾ। ਪਰ ਕੁੱਲ ਮਿਲਾ ਕੇ ਵੱਡੀ ਅਪਡੇਟ ਇਹੀ ਸਾਹਮਣੇ ਆ ਰਹੀ ਹੈ ਕਿ ਐਮ ਕੇ ਅਗਰਵਾਲ ਗਰੁੱਪ ਦੇ ਪ੍ਰਵੀਣ ਅਗਰਵਾਲ, ਜਿਨ੍ਹਾਂ ਦੇ ਵੱਲੋਂ ਜ਼ਮਾਨਤ ਦੀ ਅਰਜ਼ੀ ਜਿਹੜੀ ਹੈ ਅਦਾਲਤ ਦੇ ਵਿੱਚ ਪਾਈ ਗਈ ਸੀ, ਤਾਂ ਉਹ ਜ਼ਮਾਨਤ ਦੀ ਅਰਜ਼ੀ ਦੇ ਉੱਪਰ ਸੁਣਵਾਈ ਜਿਹੜੀ ਅਦਾਲਤ ਦੇ ਵੱਲੋਂ ਕਰ ਲਿੱਤੀ ਗਈ ਹੈ, ਅਤੇ 3 ਦਿਨ ਬਾਅਦ ਦੀ ਡੇਟ ਜਿਹੜੀ ਇਸ ਮਾਮਲੇ ਦੇ ਵਿੱਚ ਪੈ ਚੁੱਕੀ ਹੈ। ਤਾਂ ਦੇਖ ਸਕਦੇ ਸੀ ਕਿ ਜਿਸ ਵੇਲੇ ਐਫ ਆਈ ਆਰ ਦਰਜ ਹੋਈ ਉਸ ਵੇਲੇ ਐਮ ਕੇ ਅਗਰਵਾਲ ਦੀ ਮੁਸ਼ਕਲਾਂ ਜਿਹੜੀਆਂ ਨੇ ਕਾਫੀ ਜ਼ਿਆਦਾ ਵਧੀਆਂ ਹੋਈਆਂ ਨਜ਼ਰ ਆ ਰਹੀ ਸੀ। ਪ੍ਰੋਪਰਟੀ ਦੀ ਖਰੀਦ ਦੇ ਮਾਮਲੇ ਦੇ ਵਿੱਚ ਐਫ ਆਈ ਆਰ ਜਿਹੜੀ ਹੈ ਕੇ ਵੀ ਗਰੁੱਪ ਦੇ ਵੱਲੋਂ ਦਰਜ ਕਰਵਾਈ ਗਈ ਸੀ, ਅਤੇ ਸ਼ਿਕਾਇਤ ਦੇ ਮਗਰੋਂ ਹੁਣ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਜ਼ਮਾਨਤ ਦੀ ਅਰਜ਼ੀ ਅਦਾਲਤ ਦੇ ਵਿੱਚ ਪਾਉਣ ਮਗਰੋਂ ਅਤੇ 3 ਦਿਨ ਬਾਅਦ ਦੀ ਡੇਟ ਜਿਹੜੀ ਇਸ ਮਾਮਲੇ ਦੇ ਵਿੱਚ ਪੈ ਚੁੱਕੀ ਹੈ। ਤਾਂ ਅੱਗੇ ਹੁਣ 3 ਦਿਨਾਂ ਬਾਅਦ ਅਦਾਲਤ ਦੇ ਵਿੱਚ ਕੀ ਕੁਝ ਸੁਣਵਾਈ ਹੋਏਗੀ, ਇਹ ਤੁਹਾਡੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਹੀ ਸਾਂਝਾ ਕਰਾਂਗੇ। ਇਸ ਵੇਲੇ ਦੀ ਖਬਰ ਲੁਧਿਆਣਾ ਸ਼ਹਿਰ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਤੁਹਾਡੇ ਨਾਲ ਵੀ ਅਸੀਂ ਇਹ ਮਾਮਲਾ ਸਾਂਝਾ ਕੀਤਾ ਸੀ, ਜਿੱਥੇ ਐਮ ਕੇ ਅਗਰਵਾਲ ਗਰੁੱਪ ਦੇ ਪ੍ਰਵੀਣ ਅਗਰਵਾਲ ਸਣੇ 5 ਦੇ ਉੱਪਰ ਐਫ ਆਈ ਆਰ ਦਰਜ ਹੋਈ ਸੀ। ਤਾਂ ਤੁਹਾਨੂੰ ਜ਼ਰੂਰ ਹੀ ਯਾਦ ਦਿਵਾ ਦਈਏ ਕਿ ਕੇ ਵੀ ਗਰੁੱਪ ਦੀ ਸ਼ਿਕਾਇਤ ਦੇ ਉੱਪਰ ਕਰੋੜਾਂ ਰੁਪਏ ਦੀ ਠੱਗੀ ਮਾਮਲੇ ਦੇ ਵਿੱਚ ਐਮ ਕੇ ਅਗਰਵਾਲ ਗਰੁੱਪ ਦੇ ਪ੍ਰਵੀਣ ਅਗਰਵਾਲ, ਇਸ ਦੇ ਨਾਲ ਹੀ ਸਵਰਨ ਸਿੰਘ ਅਤੇ ਪਰਮਿੰਦਰ ਸਿੰਘ ਸਣੇ ਦੋ ਮਹਿਲਾਵਾਂ ਵੀ ਜਿਹੜੀਆਂ ਨੇ ਇਸ ਮਾਮਲੇ ਦੇ ਵਿੱਚ ਸ਼ਾਮਲ ਸੀ, ਜਿਨ੍ਹਾਂ ਦੇ ਉੱਪਰ ਐਫ ਆਈ ਆਰ ਦਰਜ ਕੀਤੀ ਗਈ ਸੀ। ਤਾਂ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਵੱਡਾ ਅਪਡੇਟ ਸਾਹਮਣੇ ਆਇਆ ਅੱਜ, ਯਾਨੀ ਕਿ 4 ਨਵੰਬਰ ਨੂੰ ਜ਼ਮਾਨਤ ਦੀ ਜਿਹੜੀ ਅਰਜ਼ੀ ਪਾਈ ਗਈ ਸੀ ਉਸ ਦੇ ਲਈ ਅਦਾਲਤ ਦੇ ਵਿੱਚ ਸੁਣਵਾਈ ਸੀ, ਅਤੇ ਸੁਣਵਾਈ ਦੇ ਦੌਰਾਨ 3 ਦਿਨ ਬਾਅਦ ਦੀ ਡੇਟ ਜਿਹੜੀ ਹੈ ਹੁਣ ਇਸ ਮਾਮਲੇ ਦੇ ਵਿੱਚ ਪੈ ਚੁੱਕੀ ਹੈ। 3 ਦਿਨ ਬਾਅਦ ਕੀ ਕੁਝ ਸੁਣਵਾਈ ਹੋਏਗੀ, ਕੀ ਕੋਈ ਫੈਸਲਾ ਲਿੱਤਾ ਜਾਏਗਾ ਜਾਂ ਫਿਰ ਅਗਲੀ ਡੇਟ ਪਾਈ ਜਾਏਗੀ, ਇਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਏਗਾ। ਪਰ ਕੁੱਲ ਮਿਲਾ ਕੇ ਵੱਡੀ ਅਪਡੇਟ ਇਹੀ ਸਾਹਮਣੇ ਆ ਰਹੀ ਹੈ ਕਿ ਐਮ ਕੇ ਅਗਰਵਾਲ ਗਰੁੱਪ ਦੇ ਪ੍ਰਵੀਣ ਅਗਰਵਾਲ, ਜਿਨ੍ਹਾਂ ਦੇ ਵੱਲੋਂ ਜ਼ਮਾਨਤ ਦੀ ਅਰਜ਼ੀ ਜਿਹੜੀ ਹੈ ਅਦਾਲਤ ਦੇ ਵਿੱਚ ਪਾਈ ਗਈ ਸੀ, ਤਾਂ ਉਹ ਜ਼ਮਾਨਤ ਦੀ ਅਰਜ਼ੀ ਦੇ ਉੱਪਰ ਸੁਣਵਾਈ ਜਿਹੜੀ ਅਦਾਲਤ ਦੇ ਵੱਲੋਂ ਕਰ ਲਿੱਤੀ ਗਈ ਹੈ, ਅਤੇ 3 ਦਿਨ ਬਾਅਦ ਦੀ ਡੇਟ ਜਿਹੜੀ ਇਸ ਮਾਮਲੇ ਦੇ ਵਿੱਚ ਪੈ ਚੁੱਕੀ ਹੈ। ਤਾਂ ਦੇਖ ਸਕਦੇ ਸੀ ਕਿ ਜਿਸ ਵੇਲੇ ਐਫ ਆਈ ਆਰ ਦਰਜ ਹੋਈ ਉਸ ਵੇਲੇ ਐਮ ਕੇ ਅਗਰਵਾਲ ਦੀ ਮੁਸ਼ਕਲਾਂ ਜਿਹੜੀਆਂ ਨੇ ਕਾਫੀ ਜ਼ਿਆਦਾ ਵਧੀਆਂ ਹੋਈਆਂ ਨਜ਼ਰ ਆ ਰਹੀ ਸੀ। ਪ੍ਰੋਪਰਟੀ ਦੀ ਖਰੀਦ ਦੇ ਮਾਮਲੇ ਦੇ ਵਿੱਚ ਐਫ ਆਈ ਆਰ ਜਿਹੜੀ ਹੈ ਕੇ ਵੀ ਗਰੁੱਪ ਦੇ ਵੱਲੋਂ ਦਰਜ ਕਰਵਾਈ ਗਈ ਸੀ, ਅਤੇ ਸ਼ਿਕਾਇਤ ਦੇ ਮਗਰੋਂ ਹੁਣ
FIR दर्ज होने तो बाद जमानत की अर्जी अदालत विच पाउण मगरों ते 3 दिन बाद दी डेट जिहड़ी इस मामले दे विच पै चुकी है तो अगे हुण 3 दिन बाद अदालत दे विच की कुछ सुनवाई होएगी ये तुहाडे नाल आउण वाले समय दे विच जरूर ही साझा करांगे। इस वेले की खबर लुधियाना शहर के नाल जुड़ी हुई सामने आ रही है। दस दी कि कुछ दिन पहला तुहाडे नाल भी असी मामला सांझा किया सी जिथे MK अग्रवाल ग्रुप के प्रवीण अग्रवाल सने 5 के उपर FIR दर्ज हुई सी। ता तुहानू जरूर ही याद दवा दिए कि KV ग्रुप की शिकायत के उपर करोड़ों रुपए की ठगी मामले के विच MK अग्रवाल ग्रुप के प्रवीण अग्रवाल इस दे नाल ही स्वर्ण सिंह ते परमिंदर सिंह सने 2 महिलावां भी जिहड़ियां ने इस मामले के विच शामिल सी जिन्हां के उपर FIR दर्ज की गई सी। ता दस दिए कि इस मामले के विच वड्डा अपडेट सामने आया अज यानी कि 4 नवंबर नूं जमानत की जिहड़ी अर्जी पाई गई सी उस दे लई अदालत दे विच सुनवाई सी ते सुनवाई दे दौरान 3 दिन बाद दी डेट जिहड़ी है हुण इस मामले दे विच पै चुकी है। 3 दिन बाद की कुछ सुनवाई होएगी कि कोई फैसला लिता जाएगा या फिर अगली डेट पाई जाएगी ये आने वाले समय दे विच देखना होएगा। पर कुल मिला के वड्डी अपडेट यही सामने आ रही है कि MK अग्रवाल ग्रुप दे प्रवीण अग्रवाल जिन्हां दे वल्लों जमानत दी अर्जी जिहड़ी है अदालत दे विच पाई गई सी तो जमानत दी अर्जी दे उपर सुनवाई जिहड़ी अदालत दे वल्लों कर लिती गई है ते 3 दिन बाद दी डेट जिहड़ी इस मामले दे विच पै चुकी है। तो देख सकते सी कि जिस वेले FIR दर्ज हुई उस वेले MK अग्रवाल दी मुश्किलां जिहड़ियां ने काफ़ी ज़्यादा वधियां हुई नज़र आ रही सी। प्रॉपर्टी की खरीद के मामले के FIR जिहड़ी है KV ग्रुप के वलों दर्ज करवाई गई सी ते शिकायत के मगरों हुण FIR दर्ज होने तो बाद जमानत की अर्जी अदालत विच पाउण मगरों ते 3 दिन बाद दी डेट जिहड़ी इस मामले दे विच पै चुकी है तो अगे हुण 3 दिन बाद अदालत दे विच की कुछ सुनवाई होएगी ये तुहाडे नाल आउण वाले समय दे विच जरूर ही साझा करांगे। इस वेले की खबर लुधियाना शहर के नाल जुड़ी हुई सामने आ रही है। दस दी कि कुछ दिन पहला तुहाडे नाल भी असी मामला साझा किया सी जिथे MK अग्रवाल ग्रुप के प्रवीण अग्रवाल सने 5 के उपर FIR दर्ज हुई सी। ता तुहानू जरूर ही याद दवा दिए कि KV ग्रुप की शिकायत के उपर करोड़ों रुपए की ठगी मामले के विच MK अग्रवाल ग्रुप के प्रवीण अग्रवाल इस दे नाल ही स्वर्ण सिंह ते परमिंदर सिंह सने 2 महिलावां भी जिहड़ियां ने इस मामले के विच शामिल सी जिन्हां के उपर FIR दर्ज की गई सी। ता दस दिए कि इस मामले के विच वड्डा अपडेट सामने आया अज यानी कि 4 नवंबर नूं जमानत की जिहड़ी अर्जी पाई गई सी उस दे लई अदालत दे विच सुनवाई सी ते सुनवाई दे दौरान 3 दिन बाद दी डेट जिहड़ी है हुण इस मामले दे विच पै चुकी है। 3 दिन बाद की कुछ सुनवाई होएगी कि कोई फैसला लिता जाएगा या फिर अगली डेट पाई जाएगी ये आने वाले समय दे विच देखना होएगा। पर कुल मिला के वड्डी अपडेट यही सामने आ रही है कि MK अग्रवाल ग्रुप दे प्रवीण अग्रवाल जिन्हां दे वल्लों जमानत दी अर्जी जिहड़ी है अदालत दे विच पाई गई सी तो जमानत दी अर्जी दे उपर सुनवाई जिहड़ी अदालत दे वल्लों कर लिती गई है ते 3 दिन बाद दी डेट जिहड़ी इस मामले दे विच पै चुकी है। तो देख सकते सी कि जिस वेले FIR दर्ज हुई उस वेले MK अग्रवाल दी मुश्किलां जिहड़ियां ने काफ़ी ज़्यादा वधियां हुई नज़र आ रही सी। प्रॉपर्टी की खरीद के मामले दे विच FIR जिहड़ी है KV ग्रुप दे वल्लों दर्ज करवाई गई सी ते शिकायत दे मगरों हुण FIR दर्ज होने तो बाद जमानत की अर्जी अदालत दे विच पाउण मगरों ते 3 दिन बाद दी डेट जिहड़ी इस मामले दे विच पै चुकी है तो अगे हुण 3 दिन बाद अदालत दे विच की कुछ सुनवाई होएगी ये तुहाडे नाल आउण वाले समय दे विच जरूर ही साझा करांगे। इस वेले की खबर लुधियाना शहर के नाल जुड़ी हुई सामने आ रही है। दस दी कि कुछ दिन पहला तुहाडे नाल भी असी मामला साझा किया सी जिथे MK अग्रवाल ग्रुप के प्रवीण अग्रवाल सने 5 के उपर FIR दर्ज हुई सी। ता तुहानू जरूर ही याद दवा दिए कि KV ग्रुप की शिकायत के उपर करोड़ों रुपए की ठगी मामले के विच MK अग्रवाल ग्रुप के प्रवीण अग्रवाल इस दे नाल ही स्वर्ण सिंह ते परमिंदर सिंह सने 2 महिलावां भी जिहड़ियां ने इस मामले के विच शामिल सी जिन्हां के उपर FIR दर्ज की गई सी। ता दस दिए कि इस मामले के विच वड्डा अपडेट सामने आया अज यानी कि 4 नवंबर नूं जमानत की जिहड़ी अर्जी पाई गई सी उस दे लई
अदालत दे विच सुनवाई सी ते सुनवाई दे दौरान 3 दिन बाद दी डेट जिहड़ी है हुण इस मामले दे विच पै चुकी है। 3 दिन बाद की कुछ सुनवाई होएगी, की कोई फैसला लिता जाएगा या फिर अगली डेट पाई जाएगी, ये आने वाले समय दे विच देखना होएगा। पर कुल मिला के वड्डी अपडेट यही सामने आ रही है कि MK अग्रवाल ग्रुप दे प्रवीण अग्रवाल जिन्हां दे वल्लों जमानत दी अर्जी जिहड़ी है अदालत दे विच पाई गई सी, तो जमानत दी अर्जी दे उपर सुनवाई जिहड़ी अदालत दे वल्लों कर लिती गई है ते 3 दिन बाद दी डेट जिहड़ी इस मामले दे विच पै चुकी है। तो देख सकते सी कि जिस वेले FIR दर्ज हुई उस वेले MK अग्रवाल दी मुश्किलां जिहड़ियां ने काफ़ी ज़्यादा वधियां होईयां नज़र आ रही सी। प्रॉपर्टी दी खरीद दे मामले दे विच FIR जिहड़ी है KV ग्रुप दे वल्लों दर्ज करवाई गई सी ते शिकायत दे मगरों हुण FIR दर्ज होने तो बाद जमानत की अर्जी अदालत दे विच पाउण मगरों ते 3 दिन बाद दी डेट जिहड़ी इस मामले दे विच पै चुकी है। तो अगे हुण 3 दिन बाद अदालत दे विच की कुछ सुनवाई होएगी ये तुहाडे नाल आने वाले समय दे विच जरूर ही साझा करांगे। इस वेले की खबर लुधियाना शहर के नाल जुड़ी हुई सामने आ रही है। दस दी कि कुछ दिन पहला तुहाडे नाल भी असी ये मामला सांझा किया सी जिथे MK अग्रवाल ग्रुप के प्रवीण अग्रवाल सने 5 के उपर FIR दर्ज हुई सी। तो तुहानू जरूर ही याद दवा दिए कि KV ग्रुप की शिकायत के उपर करोड़ रुपए की ठगी मामले के विच MK अग्रवाल ग्रुप के प्रवीण अग्रवाल इस दे नाल ही स्वर्ण सिंह ते परमिंदर सिंह सने 2 महिलावां भी जिहड़ियां ने इस मामले दे विच शामिल सी जिन्हां दे उपर FIR दर्ज कीती गई सी। तां दस दिए कि इस मामले दे विच वड्डा अपडेट सामने आया अज यानी कि 4 नवंबर नूं जमानत की जिहड़ी अर्जी पाई गई सी उस दे लई अदालत दे विच सुनवाई सी ते सुनवाई दे दौरान 3 दिन बाद दी डेट जिहड़ी है हुण इस मामले दे विच पै चुकी है। 3 दिन बाद की कुछ सुनवाई होएगी, कि कोई फैसला लिता जाएगा या फिर अगली डेट पाई जाएगी, ये आने वाले समय दे विच देखना होएगा। पर कुल मिला के वड्डी अपडेट यही सामने आ रही है कि MK अग्रवाल ग्रुप दे प्रवीण अग्रवाल जिन्हां दे वल्लों जमानत दी अर्जी जिहड़ी है अदालत दे विच पाई गई सी, तो जमानत दी अर्जी दे उपर सुनवाई जिहड़ी अदालत दे वल्लों कर लिती गई है ते 3 दिन बाद दी डेट जिहड़ी इस मामले दे विच पै चुकी है। तो देख सकते सी कि जिस वेले FIR दर्ज हुई उस वेले MK अग्रवाल दी मुश्किलां जिहड़ियां ने काफ़ी ज़्यादा वधियां होईयां नज़र आ रही सी। प्रॉपर्टी दी खरीद दे मामले दे विच FIR जिहड़ी है KV ग्रुप दे वल्लों दर्ज करवाई गई सी ते शिकायत दे मगरों हुण FIR दर्ज होने तो बाद जमानत की अर्जी अदालत दे विच पाउण मगरों ते 3 दिन बाद दी डेट जिहड़ी इस मामले दे विच पै चुकी है। तो अगे हुण 3 दिन बाद अदालत दे विच की कुछ सुनवाई होएगी ये तुहाडे नाल आने वाले समय दे विच जरूर ही साझा करांगे। इस वेले की खबर लुधियाना शहर के नाल जुड़ी हुई सामने आ रही है। दस दी कि कुछ दिन पहला तुहाडे नाल भी असी ये मामला साझा किया सी जिथे MK अग्रवाल ग्रुप के प्रवीण अग्रवाल सने 5 के उपर FIR दर्ज हुई सी। तो तुहानू जरूर ही याद दवा दिए कि KV ग्रुप की शिकायत के उपर करोड़ों रुपए की ठगी मामले के विच MK अग्रवाल ग्रुप के प्रवीण अग्रवाल इस दे नाल ही स्वर्ण सिंह ते परमिंदर सिंह सने 2 महिलावां भी जिहड़ियां ने इस मामले के विच शामिल सी जिन्हां के उपर FIR दर्ज की गई सी। तो दस दिए कि इस मामले के विच वड्डा अपडेट सामने आया अज यानी कि 4 नवंबर नूं जमानत की जिहड़ी अर्जी पाई गई सी उस दे लई अदालत दे विच सुनवाई सी ते सुनवाई दे दौरान 3 दिन बाद दी डेट जिहड़ी है हुण इस मामले दे विच पै चुकी है। 3 दिन बाद की कुछ सुनवाई होएगी, कि कोई फैसला लिता जाएगा या फिर अगली डेट पाई जाएगी, ये आने वाले समय दे विच देखना होएगा। पर कुल मिला के वड्डी अपडेट यही सामने आ रही है कि MK अग्रवाल ग्रुप दे प्रवीण अग्रवाल जिन्हां दे वल्लों जमानत दी अर्जी जिहड़ी है अदालत दे विच पाई गई सी, तो जमानत दी अर्जी दे उपर सुनवाई जिहड़ी अदालत दे वल्लों कर लिती गई है ते 3 दिन बाद दी डेट जिहड़ी इस मामले दे विच पै चुकी है। तो देख सकते सी कि जिस वेले FIR दर्ज हुई उस वेले MK अग्रवाल दी मुश्किलां जिहड़ियां ने काफ़ी ज़्यादा वधियां होईयां नज़र आ रही सी। प्रॉपर्टी दी खरीद दे मामले दे विच FIR जिहड़ी है KV ग्रुप दे वल्लों दर्ज करवाई गई सी ते शिकायत दे मगरों हुण FIR दर्ज होने तो बाद जमानत की अर्जी अदालत दे विच पाउण मगरों ते 3 दिन बाद दी डेट जिहड़ी इस मामले दे विच पै चुकी है। तो अगे हुण 3 दिन बाद अदालत दे विच की कुछ सुनवाई होएगी ये तुहाडे नाल आने वाले समय दे विच जरूर ही साझा करांगे। इस वेले की खबर लुधियाना शहर के नाल जुड़ी हुई सामने आ रही है। दस दी कि कुछ दिन पहला तुहाडे नाल भी असी ये मामला साझा किया सी जिथे MK अग्रवाल ग्रुप के प्रवीण अग्रवाल सने 5 के उपर FIR दर्ज हुई सी।
ਤਾਂ ਤੁਹਾਨੂੰ ਜ਼ਰੂਰ ਹੀ ਯਾਦ ਦਿਵਾ ਦਈਏ ਕਿ KB ਗਰੁੱਪ ਦੀ ਸ਼ਿਕਾਇਤ ਦੇ ਉੱਪਰ ਕਰੋੜਾਂ ਰੁਪਏ ਦੀ ਠੱਗੀ ਮਾਮਲੇ ਦੇ ਵਿੱਚ MK ਅਗਰਵਾਲ ਗਰੁੱਪ ਦੇ ਪ੍ਰਵੀਣ ਅਗਰਵਾਲ, ਇਸ ਦੇ ਨਾਲ ਹੀ ਸਵਰਨ ਸਿੰਘ ਅਤੇ ਪਰਮਿੰਦਰ ਸਿੰਘ ਸਣੇ ਦੋ ਮਹਿਲਾਵਾਂ ਵੀ ਜਿਹੜੀਆਂ ਨੇ ਇਸ ਮਾਮਲੇ ਦੇ ਵਿੱਚ ਸ਼ਾਮਲ ਸੀ, ਜਿਨ੍ਹਾਂ ਦੇ ਉੱਪਰ FIR ਦਰਜ ਕੀਤੀ ਗਈ ਸੀ। ਤਾਂ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਵੱਡਾ ਅਪਡੇਟ ਸਾਹਮਣੇ ਆਇਆ ਅੱਜ, ਯਾਨੀ ਕਿ 4 ਨਵੰਬਰ ਨੂੰ ਜ਼ਮਾਨਤ ਦੀ ਜਿਹੜੀ ਅਰਜ਼ੀ ਪਾਈ ਗਈ ਸੀ ਉਸ ਦੇ ਲਈ ਅਦਾਲਤ ਦੇ ਵਿੱਚ ਸੁਣਵਾਈ ਸੀ, ਅਤੇ ਸੁਣਵਾਈ ਦੇ ਦੌਰਾਨ 3 ਦਿਨ ਬਾਅਦ ਦੀ ਡੇਟ ਜਿਹੜੀ ਹੈ ਹੁਣ ਇਸ ਮਾਮਲੇ ਦੇ ਵਿੱਚ ਪੈ ਚੁੱਕੀ ਹੈ। 3 ਦਿਨ ਬਾਅਦ ਕੀ ਕੁਝ ਸੁਣਵਾਈ ਹੋਏਗੀ, ਕੀ ਕੋਈ ਫੈਸਲਾ ਲਿੱਤਾ ਜਾਏਗਾ ਜਾਂ ਫਿਰ ਅਗਲੀ ਡੇਟ ਪਾਈ ਜਾਏਗੀ, ਇਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਏਗਾ। ਪਰ ਕੁੱਲ ਮਿਲਾ ਕੇ ਵੱਡੀ ਅਪਡੇਟ ਇਹੀ ਸਾਹਮਣੇ ਆ ਰਹੀ ਹੈ ਕਿ MK ਅਗਰਵਾਲ ਗਰੁੱਪ ਦੇ ਪ੍ਰਵੀਣ ਅਗਰਵਾਲ, ਜਿਨ੍ਹਾਂ ਦੇ ਵੱਲੋਂ ਜ਼ਮਾਨਤ ਦੀ ਅਰਜ਼ੀ ਜਿਹੜੀ ਹੈ ਅਦਾਲਤ ਦੇ ਵਿੱਚ ਪਾਈ ਗਈ ਸੀ, ਤਾਂ ਉਹ ਜ਼ਮਾਨਤ ਦੀ ਅਰਜ਼ੀ ਦੇ ਉੱਪਰ ਸੁਣਵਾਈ ਜਿਹੜੀ ਅਦਾਲਤ ਦੇ ਵੱਲੋਂ ਕਰ ਲਿੱਤੀ ਗਈ ਹੈ, ਅਤੇ 3 ਦਿਨ ਬਾਅਦ ਦੀ ਡੇਟ ਜਿਹੜੀ ਇਸ ਮਾਮਲੇ ਦੇ ਵਿੱਚ ਪੈ ਚੁੱਕੀ ਹੈ। ਤਾਂ ਦੇਖ ਸਕਦੇ ਸੀ ਕਿ ਜਿਸ ਵੇਲੇ FIR ਦਰਜ ਹੋਈ ਉਸ ਵੇਲੇ MK ਅਗਰਵਾਲ ਦੀ ਮੁਸ਼ਕਲਾਂ ਜਿਹੜੀਆਂ ਨੇ ਕਾਫੀ ਜ਼ਿਆਦਾ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਸੀ। ਪ੍ਰੋਪਰਟੀ ਦੀ ਖਰੀਦ ਦੇ ਮਾਮਲੇ ਦੇ ਵਿੱਚ FIR ਜਿਹੜੀ ਹੈ KV ਗਰੁੱਪ ਦੇ ਵੱਲੋਂ ਦਰਜ ਕਰਵਾਈ ਗਈ ਸੀ, ਅਤੇ ਸ਼ਿਕਾਇਤ ਦੇ ਮਗਰੋਂ ਹੁਣ FIR ਦਰਜ ਹੋਣ ਤੋਂ ਬਾਅਦ ਜ਼ਮਾਨਤ ਦੀ ਅਰਜ਼ੀ ਅਦਾਲਤ ਦੇ ਵਿੱਚ ਪਾਉਣ ਮਗਰੋਂ ਅਤੇ 3 ਦਿਨ ਬਾਅਦ ਦੀ ਡੇਟ ਜਿਹੜੀ ਇਸ ਮਾਮਲੇ ਦੇ ਵਿੱਚ ਪੈ ਚੁੱਕੀ ਹੈ। ਤਾਂ ਅੱਗੇ ਹੁਣ 3 ਦਿਨਾਂ ਬਾਅਦ ਅਦਾਲਤ ਦੇ ਵਿੱਚ ਕੀ ਕੁਝ ਸੁਣਵਾਈ ਹੋਏਗੀ, ਇਹ ਤੁਹਾਡੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਹੀ ਸਾਂਝਾ ਕਰਾਂਗੇ। ਇਸ ਵੇਲੇ ਦੀ ਖਬਰ ਲੁਧਿਆਣਾ ਸ਼ਹਿਰ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਦੱਸਦੀ ਕਿ ਕੁਝ ਦਿਨ ਪਹਿਲਾਂ ਤੁਹਾਡੇ ਨਾਲ ਵੀ ਅਸੀਂ ਇਹ ਮਾਮਲਾ ਸਾਂਝਾ ਕੀਤਾ ਸੀ, ਜਿੱਥੇ MK ਅਗਰਵਾਲ ਗਰੁੱਪ ਦੇ ਪ੍ਰਵੀਣ ਅਗਰਵਾਲ ਸਣੇ 5 ਦੇ ਉੱਪਰ FIR ਦਰਜ ਹੋਈ ਸੀ। ਤਾਂ ਤੁਹਾਨੂੰ ਜ਼ਰੂਰ ਹੀ ਯਾਦ ਦਿਵਾ ਦਈਏ ਕਿ KB ਗਰੁੱਪ ਦੀ ਸ਼ਿਕਾਇਤ ਦੇ ਉੱਪਰ ਕਰੋੜਾਂ ਰੁਪਏ ਦੀ ਠੱਗੀ ਮਾਮਲੇ ਦੇ ਵਿੱਚ MK ਅਗਰਵਾਲ ਗਰੁੱਪ ਦੇ ਪ੍ਰਵੀਣ ਅਗਰਵਾਲ, ਇਸ ਦੇ ਨਾਲ ਹੀ ਸਵਰਨ ਸਿੰਘ ਅਤੇ ਪਰਮਿੰਦਰ ਸਿੰਘ ਸਣੇ ਦੋ ਮਹਿਲਾਵਾਂ ਵੀ ਜਿਹੜੀਆਂ ਨੇ ਇਸ ਮਾਮਲੇ ਦੇ ਵਿੱਚ ਸ਼ਾਮਲ ਸੀ, ਜਿਨ੍ਹਾਂ ਦੇ ਉੱਪਰ FIR ਦਰਜ ਕੀਤੀ ਗਈ ਸੀ। ਤਾਂ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਵੱਡਾ ਅਪਡੇਟ ਸਾਹਮਣੇ ਆਇਆ ਅੱਜ, ਯਾਨੀ ਕਿ 4 ਨਵੰਬਰ ਨੂੰ ਜ਼ਮਾਨਤ ਦੀ ਜਿਹੜੀ ਅਰਜ਼ੀ ਪਾਈ ਗਈ ਸੀ ਉਸ ਦੇ ਲਈ ਅਦਾਲਤ ਦੇ ਵਿੱਚ ਸੁਣਵਾਈ ਸੀ, ਅਤੇ ਸੁਣਵਾਈ ਦੇ ਦੌਰਾਨ 3 ਦਿਨ ਬਾਅਦ ਦੀ ਡੇਟ ਜਿਹੜੀ ਹੈ ਹੁਣ ਇਸ ਮਾਮਲੇ ਦੇ ਵਿੱਚ ਪੈ ਚੁੱਕੀ ਹੈ। 3 ਦਿਨ ਬਾਅਦ ਕੀ ਕੁਝ ਸੁਣਵਾਈ ਹੋਏਗੀ, ਕੀ ਕੋਈ ਫੈਸਲਾ ਲਿੱਤਾ ਜਾਏਗਾ ਜਾਂ ਫਿਰ ਅਗਲੀ ਡੇਟ ਪਾਈ ਜਾਏਗੀ, ਇਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਏਗਾ। ਪਰ ਕੁੱਲ ਮਿਲਾ ਕੇ ਵੱਡੀ ਅਪਡੇਟ ਇਹੀ ਸਾਹਮਣੇ ਆ ਰਹੀ ਹੈ ਕਿ MK ਅਗਰਵਾਲ ਗਰੁੱਪ ਦੇ ਪ੍ਰਵੀਣ ਅਗਰਵਾਲ, ਜਿਨ੍ਹਾਂ ਦੇ ਵੱਲੋਂ ਜ਼ਮਾਨਤ ਦੀ ਅਰਜ਼ੀ ਜਿਹੜੀ ਹੈ ਅਦਾਲਤ ਦੇ ਵਿੱਚ ਪਾਈ ਗਈ ਸੀ, ਤਾਂ ਉਹ ਜ਼ਮਾਨਤ ਦੀ ਅਰਜ਼ੀ ਦੇ ਉੱਪਰ ਸੁਣਵਾਈ ਜਿਹੜੀ ਅਦਾਲਤ ਦੇ ਵੱਲੋਂ ਕਰ ਲਿੱਤੀ ਗਈ ਹੈ, ਅਤੇ 3 ਦਿਨ ਬਾਅਦ ਦੀ ਡੇਟ ਜਿਹੜੀ ਇਸ ਮਾਮਲੇ ਦੇ ਵਿੱਚ ਪੈ ਚੁੱਕੀ ਹੈ। ਤਾਂ ਦੇਖ ਸਕਦੇ ਸੀ ਕਿ ਜਿਸ ਵੇਲੇ FIR ਦਰਜ ਹੋਈ ਉਸ ਵੇਲੇ MK ਅਗਰਵਾਲ ਦੀ ਮੁਸ਼ਕਲਾਂ ਜਿਹੜੀਆਂ ਨੇ ਕਾਫੀ ਜ਼ਿਆਦਾ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਸੀ। ਪ੍ਰੋਪਰਟੀ ਦੀ ਖਰੀਦ ਦੇ ਮਾਮਲੇ ਦੇ ਵਿੱਚ FIR ਜਿਹੜੀ ਹੈ KV ਗਰੁੱਪ ਦੇ ਵੱਲੋਂ ਦਰਜ ਕਰਵਾਈ ਗਈ ਸੀ, ਅਤੇ ਸ਼ਿਕਾਇਤ ਦੇ ਮਗਰੋਂ ਹੁਣ FIR ਦਰਜ ਹੋਣ ਤੋਂ ਬਾਅਦ ਜ਼ਮਾਨਤ ਦੀ ਅਰਜ਼ੀ ਅਦਾਲਤ ਦੇ ਵਿੱਚ ਪਾਉਣ ਮਗਰੋਂ ਅਤੇ 3 ਦਿਨ ਬਾਅਦ ਦੀ ਡੇਟ ਜਿਹੜੀ ਇਸ ਮਾਮਲੇ ਦੇ ਵਿੱਚ ਪੈ ਚੁੱਕੀ ਹੈ। ਤਾਂ ਅੱਗੇ ਹੁਣ 3 ਦਿਨਾਂ ਬਾਅਦ ਅਦਾਲਤ ਦੇ ਵਿੱਚ ਕੀ ਕੁਝ ਸੁਣਵਾਈ ਹੋਏਗੀ, ਇਹ ਤੁਹਾਡੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਹੀ ਸਾਂਝਾ ਕਰਾਂਗੇ। ਇਸ ਵੇਲੇ ਦੀ ਖਬਰ ਲੁਧਿਆਣਾ ਸ਼ਹਿਰ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਦੱਸਦੀ ਕਿ ਕੁਝ ਦਿਨ ਪਹਿਲਾਂ ਤੁਹਾਡੇ ਨਾਲ ਵੀ ਅਸੀਂ ਇਹ ਮਾਮਲਾ ਸਾਂਝਾ ਕੀਤਾ ਸੀ, ਜਿੱਥੇ MK ਅਗਰਵਾਲ ਗਰੁੱਪ ਦੇ ਪ੍ਰਵੀਣ ਅਗਰਵਾਲ ਸਣੇ 5 ਦੇ ਉੱਪਰ FIR ਦਰਜ ਹੋਈ ਸੀ। ਤਾਂ ਤੁਹਾਨੂੰ ਜ਼ਰੂਰ ਹੀ ਯਾਦ ਦਿਵਾ ਦਈਏ ਕਿ KV ਗਰੁੱਪ ਦੀ ਸ਼ਿਕਾਇਤ ਦੇ ਉੱਪਰ ਕਰੋੜਾਂ ਰੁਪਏ ਦੀ ਠੱਗੀ ਮਾਮਲੇ ਦੇ ਵਿੱਚ MK ਅਗਰਵਾਲ ਗਰੁੱਪ ਦੇ ਪ੍ਰਵੀਣ ਅਗਰਵਾਲ, ਇਸ ਦੇ ਨਾਲ ਹੀ ਸਵਰਨ ਸਿੰਘ ਅਤੇ ਪਰਮਿੰਦਰ ਸਿੰਘ ਸਣੇ ਦੋ ਮਹਿਲਾਵਾਂ ਵੀ ਜਿਹੜੀਆਂ ਨੇ ਇਸ ਮਾਮਲੇ ਦੇ ਵਿੱਚ ਸ਼ਾਮਲ ਸੀ, ਜਿਨ੍ਹਾਂ ਦੇ ਉੱਪਰ FIR ਦਰਜ ਕੀਤੀ ਗਈ ਸੀ। ਤਾਂ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਵੱਡਾ ਅਪਡੇਟ ਸਾਹਮਣੇ ਆਇਆ ਅੱਜ, ਯਾਨੀ ਕਿ 4 ਨਵੰਬਰ ਨੂੰ ਜ਼ਮਾਨਤ ਦੀ ਜਿਹੜੀ ਅਰਜ਼ੀ ਪਾਈ ਗਈ ਸੀ ਉਸ ਦੇ ਲਈ ਅਦਾਲਤ ਦੇ ਵਿੱਚ ਸੁਣਵਾਈ ਸੀ, ਅਤੇ ਸੁਣਵਾਈ ਦੇ ਦੌਰਾਨ 3 ਦਿਨ ਬਾਅਦ ਦੀ ਡੇਟ ਜਿਹੜੀ ਹੈ ਹੁਣ ਇਸ ਮਾਮਲੇ ਦੇ ਵਿੱਚ ਪੈ ਚੁੱਕੀ ਹੈ। 3 ਦਿਨ ਬਾਅਦ ਕੀ ਕੁਝ ਸੁਣਵਾਈ ਹੋਏਗੀ, ਕੀ ਕੋਈ ਫੈਸਲਾ ਲਿੱਤਾ ਜਾਏਗਾ ਜਾਂ ਫਿਰ ਅਗਲੀ ਡੇਟ ਪਾਈ ਜਾਏਗੀ, ਇਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਏਗਾ। ਪਰ ਕੁੱਲ ਮਿਲਾ ਕੇ ਵੱਡੀ ਅਪਡੇਟ ਇਹੀ ਸਾਹਮਣੇ ਆ ਰਹੀ ਹੈ ਕਿ MK ਅਗਰਵਾਲ ਗਰੁੱਪ ਦੇ ਪ੍ਰਵੀਣ ਅਗਰਵਾਲ, ਜਿਨ੍ਹਾਂ ਦੇ ਵੱਲੋਂ ਜ਼ਮਾਨਤ ਦੀ ਅਰਜ਼ੀ ਜਿਹੜੀ ਹੈ ਅਦਾਲਤ ਦੇ ਵਿੱਚ ਪਾਈ ਗਈ ਸੀ, ਤਾਂ ਉਹ ਜ਼ਮਾਨਤ ਦੀ ਅਰਜ਼ੀ ਦੇ ਉੱਪਰ ਸੁਣਵਾਈ ਜਿਹੜੀ ਅਦਾਲਤ ਦੇ ਵੱਲੋਂ ਕਰ ਲਿੱਤੀ ਗਈ ਹੈ, ਅਤੇ 3 ਦਿਨ ਬਾਅਦ ਦੀ ਡੇਟ ਜਿਹੜੀ ਇਸ ਮਾਮਲੇ ਦੇ ਵਿੱਚ ਪੈ ਚੁੱਕੀ ਹੈ। ਤਾਂ ਦੇਖ ਸਕਦੇ ਸੀ ਕਿ ਜਿਸ ਵੇਲੇ FIR ਦਰਜ ਹੋਈ ਉਸ ਵੇਲੇ MK ਅਗਰਵਾਲ ਦੀ ਮੁਸ਼ਕਲਾਂ ਜਿਹੜੀਆਂ ਨੇ ਕਾਫੀ ਜ਼ਿਆਦਾ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਸੀ। ਪ੍ਰੋਪਰਟੀ ਦੀ ਖਰੀਦ ਦੇ ਮਾਮਲੇ ਦੇ ਵਿੱਚ FIR ਜਿਹੜੀ ਹੈ KV ਗਰੁੱਪ ਦੇ ਵੱਲੋਂ ਦਰਜ ਕਰਵਾਈ ਗਈ ਸੀ, ਅਤੇ ਸ਼ਿਕਾਇਤ ਦੇ ਮਗਰੋਂ ਹੁਣ
FIR दर्ज होने तो बाद जमानत की अर्जी अदालत दे विच पाउण मगरों ते 3 दिन बाद दी डेट जिहड़ी इस मामले दे विच पै चुकी है, तो अगे हुण 3 दिन बाद अदालत दे विच की कुछ सुनवाई होएगी ये तुहाडे नाल आउण वाले समय दे विच जरूर ही साझा करांगे। इस वेले की खबर लुधियाना शहर के नाल जुड़ी हुई सामने आ रही है। दस दी कि कुछ दिन पहला तुहाडे नाल भी असी ये मामला सांझा किया सी, जिथे MK अग्रवाल ग्रुप के प्रवीण अग्रवाल सने 5 के उपर FIR दर्ज हुई सी। तो तुहानू जरूर ही याद दवा दिए कि KV ग्रुप की शिकायत उपर करोड़ रुपए की ठगी मामले के विच MK अग्रवाल ग्रुप के प्रवीण अग्रवाल इस दे नाल ही स्वर्ण सिंह ते परमिंदर सिंह सने 2 महिलावां भी जिहड़ियां ने इस मामले दे विच शामिल सी, जिन्हां दे उपर FIR दर्ज कीती गई सी। तां दस दिए कि इस मामले दे विच वड्डा अपडेट सामने आया अज, यानी कि 4 नवंबर नूं जमानत की जिहड़ी अर्जी पाई गई सी उस दे लई अदालत दे विच सुनवाई सी, ते सुनवाई दे दौरान 3 दिन बाद दी डेट जिहड़ी है हुण इस मामले दे विच पै चुकी है। 3 दिन बाद की कुछ सुनवाई होएगी, कि कोई फैसला लिता जाएगा या फिर अगली डेट पाई जाएगी, ये आने वाले समय दे विच देखना होएगा। पर कुल मिला के वड्डी अपडेट यही सामने आ रही है कि MK अग्रवाल ग्रुप दे प्रवीण अग्रवाल जिन्हां दे वल्लों जमानत दी अर्जी जिहड़ी है अदालत दे विच पाई गई सी, तो जमानत दी अर्जी दे उपर सुनवाई जिहड़ी अदालत दे वल्लों कर लिती गई है, ते 3 दिन बाद दी डेट जिहड़ी इस मामले दे विच पै चुकी है। तो देख सकते सी कि जिस वेले FIR दर्ज हुई उस वेले MK अग्रवाल दी मुश्किलां जिहड़ियां ने काफ़ी ज़्यादा वधियां होईयां नज़र आ रही सी। प्रॉपर्टी दी खरीद दे मामले दे विच FIR जिहड़ी है KV ग्रुप दे वल्लों दर्ज करवाई गई सी, ते शिकायत दे मगरों हुण FIR दर्ज होने तो बाद जमानत की अर्जी अदालत दे विच पाउण मगरों ते 3 दिन बाद दी डेट जिहड़ी इस मामले दे विच पै चुकी है। तो अगे हुण 3 दिन बाद अदालत दे विच की कुछ सुनवाई होएगी ये तुहाडे नाल आउण वाले समय दे विच जरूर ही साझा करांगे। इस वेले की खबर लुधियाना शहर के नाल जुड़ी हुई सामने आ रही है। दस दी कि कुछ दिन पहला तुहाडे नाल भी असी ये मामला साझा किया सी, जिथे MK अग्रवाल ग्रुप के प्रवीण अग्रवाल सने 5 के उपर FIR दर्ज हुई सी। तो तुहानू जरूर ही याद दवा दिए कि KV ग्रुप की शिकायत उपर करोड़ रुपए की ठगी मामले के विच MK अग्रवाल ग्रुप के प्रवीण अग्रवाल इस दे नाल ही स्वर्ण सिंह ते परमिंदर सिंह सने 2 महिलावां भी जिहड़ियां ने इस मामले के विच शामिल सी, जिन्हां के उपर FIR दर्ज की गई सी। तो दस दिए कि इस मामले के विच वड्डा अपडेट सामने आया अज, यानी कि 4 नवंबर नूं जमानत की जिहड़ी अर्जी पाई गई सी उस दे लई अदालत दे विच सुनवाई सी, ते सुनवाई दे दौरान 3 दिन बाद दी डेट जिहड़ी है हुण इस मामले दे विच पै चुकी है। 3 दिन बाद की कुछ सुनवाई होएगी, कि कोई फैसला लिता जाएगा या फिर अगली डेट पाई जाएगी, ये आने वाले समय दे विच देखना होएगा। पर कुल मिला के वड्डी अपडेट यही सामने आ रही है कि MK अग्रवाल ग्रुप दे प्रवीण अग्रवाल जिन्हां दे वल्लों जमानत दी अर्जी जिहड़ी है अदालत दे विच पाई गई सी, तो जमानत दी अर्जी दे उपर सुनवाई जिहड़ी अदालत दे वल्लों कर लिती गई है, ते 3 दिन बाद दी डेट जिहड़ी इस मामले दे विच पै चुकी है। तो देख सकते सी कि जिस वेले FIR दर्ज हुई उस वेले MK अग्रवाल दी मुश्किलां जिहड़ियां ने काफ़ी ज़्यादा वधियां होईयां नज़र आ रही सी। प्रॉपर्टी दी खरीद दे मामले दे विच FIR जिहड़ी है KV ग्रुप दे वल्लों दर्ज करवाई गई सी, ते शिकायत दे मगरों हुण FIR दर्ज होने तो बाद जमानत की अर्जी अदालत दे विच पाउण मगरों ते 3 दिन बाद दी डेट जिहड़ी इस मामले दे विच पै चुकी है। तो अगे हुण 3 दिन बाद अदालत दे विच की कुछ सुनवाई होएगी ये तुहाडे नाल आउण वाले समय दे विच जरूर ही साझा करांगे। इस वेले की खबर लुधियाना शहर के नाल जुड़ी हुई सामने आ रही है। दस दी कि कुछ दिन पहला तुहाडे नाल भी असी ये मामला साझा किया सी, जिथे MK अग्रवाल ग्रुप के प्रवीण अग्रवाल सने 5 के उपर FIR दर्ज हुई सी। तो तुहानू जरूर ही याद दवा दिए कि KV ग्रुप की शिकायत उपर करोड़ रुपए की ठगी मामले के विच MK अग्रवाल ग्रुप के प्रवीण अग्रवाल इस दे नाल ही स्वर्ण सिंह ते परमिंदर सिंह सने 2 महिलावां भी जिहड़ियां ने इस मामले के विच शामिल सी, जिन्हां के उपर FIR दर्ज की गई सी। तो दस दिए कि इस मामले के विच वड्डा अपडेट सामने आया अज, यानी कि 4 नवंबर नूं जमानत की जिहड़ी अर्जी पाई गई सी उस दे लई
अदालत दे विच सुनवाई सी ते सुनवाई दे दौरान 3 दिन बाद दी डेट जिहड़ी है हुण इस मामले दे विच पै चुकी है। 3 दिन बाद की कुछ सुनवाई होएगी, की कोई फैसला लिता जाएगा या फिर अगली डेट पाई जाएगी, ये आने वाले समय दे विच देखना होएगा। पर कुल मिला के वड्डी अपडेट यही सामने आ रही है कि MK अग्रवाल ग्रुप दे प्रवीण अग्रवाल जिन्हां दे वल्लों जमानत दी अर्जी जिहड़ी है अदालत दे विच पाई गई सी, तो जमानत दी अर्जी दे उपर सुनवाई जिहड़ी अदालत दे वल्लों कर लिती गई है ते 3 दिन बाद दी डेट जिहड़ी इस मामले दे विच पै चुकी है। तो देख सकते सी कि जिस वेले FIR दर्ज हुई उस वेले MK अग्रवाल दी मुश्किलां जिहड़ियां ने काफ़ी ज़्यादा वधी हुई नज़र आ रही थी। प्रॉपर्टी की खरीद के मामले के FIR जी है KV ग्रुप के वलों दर्ज करवाई गई सी, शिकायत के मगरों हुण FIR दर्ज होने तो बाद जमानत की अर्जी अदालत दे विच पाउण मगरों ते 3 दिन बाद दी डेट जिहड़ी इस मामले दे विच पै चुकी है। तो अगे हुण 3 दिन बाद अदालत दे विच की कुछ सुनवाई होएगी, ये तुहाडे नाल आउण वाले समय दे विच जरूर ही साझा करांगे। इस वेले की खबर लुधियाना शहर के नाल जुड़ी हुई सामने आ रही है। दस दी कि कुछ दिन पहला तुहाडे नाल भी असीं यह मामला साझा किया सी, जिथे MK अग्रवाल ग्रुप के प्रवीण अग्रवाल सने 5 के उपर FIR दर्ज हुई सी। ता तुहानू जरूर ही याद दवा दिए कि KV ग्रुप की शिकायत के उपर करोड़ों रुपए की ठगी मामले के विच MK अग्रवाल ग्रुप के प्रवीण अग्रवाल इस दे नाल ही स्वर्ण सिंह ते परमिंदर सिंह सने 2 महिलावां भी जिहड़ियां ने इस मामले के विच शामिल सी, जिन्हां के उपर FIR दर्ज की गई सी। ता दस दिए कि इस मामले के विच वड्डा अपडेट सामने आया। अज यानी कि 4 नवंबर नू जमानत की जिहड़ी अर्जी पाई गई सी उसके लिए अदालत दे विच सुनवाई सी, ते सुनवाई दे दौरान 3 दिन बाद दी डेट जिहड़ी है हुण इस मामले दे विच पै चुकी है। 3 दिन बाद की कुछ सुनवाई होएगी, की कोई फैसला लिता जाएगा या फिर अगली डेट पाई जाएगी, ये आने वाले समय दे विच देखना होएगा। पर कुल मिला के वड्डी अपडेट यही सामने आ रही है कि MK अग्रवाल ग्रुप दे प्रवीण अग्रवाल जिन्हां दे वल्लों जमानत दी अर्जी जिहड़ी है अदालत दे विच पाई गई सी, तो जमानत दी अर्जी दे उपर सुनवाई जिहड़ी अदालत दे वल्लों कर लिती गई है ते 3 दिन बाद दी डेट जिहड़ी इस मामले दे विच पै चुकी है। तो देख सकते सी कि जिस वेले FIR दर्ज हुई उस वेले MK अग्रवाल दी मुश्किलां जिहड़ियां ने काफ़ी ज़्यादा वधिया हुई नज़र आ रही थी। प्रॉपर्टी की खरीद के मामले के विच FIR जिहड़ी है KV ग्रुप के वलों दर्ज करवाई गई सी, शिकायत के मगरों हुण FIR दर्ज होने तो बाद जमानत की अर्जी अदालत दे विच पाउण मगरों ते 3 दिन बाद दी डेट जिहड़ी इस मामले दे विच पै चुकी है। तो अगे हुण 3 दिन बाद अदालत दे विच की कुछ सुनवाई होएगी, ये तुहाडे नाल आउण वाले समय दे विच जरूर ही साझा करांगे। इस वेले की खबर लुधियाना शहर के नाल जुड़ी हुई सामने आ रही है। दस दी कि कुछ दिन पहला तुहाडे नाल भी असीं यह मामला साझा किया सी, जिथे MK अग्रवाल ग्रुप के प्रवीण अग्रवाल सने 5 के उपर FIR दर्ज हुई सी। ता तुहानू जरूर ही याद दवा दिए कि KV ग्रुप की शिकायत के उपर करोड़ों रुपए की ठगी मामले के विच MK अग्रवाल ग्रुप के प्रवीण अग्रवाल इस दे नाल ही स्वर्ण सिंह ते परमिंदर सिंह सने 2 महिलावां भी जिहड़ियां ने इस मामले के विच शामिल सी, जिन्हां के उपर FIR दर्ज की गई सी। ता दस दिए कि इस मामले के विच वड्डा अपडेट सामने आया। अज यानी कि 4 नवंबर नू जमानत की जिहड़ी अर्जी पाई गई सी उसके लिए अदालत दे विच सुनवाई सी, ते सुनवाई दे दौरान 3 दिन बाद दी डेट जिहड़ी है हुण इस मामले दे विच पै चुकी है। 3 दिन बाद की कुछ सुनवाई होएगी, की कोई फैसला लिता जाएगा या फिर अगली डेट पाई जाएगी, ये आने वाले समय दे विच देखना होएगा। पर कुल मिला के वड्डी अपडेट यही सामने आ रही है कि MK अग्रवाल ग्रुप दे प्रवीण अग्रवाल जिन्हां दे वल्लों जमानत दी अर्जी जिहड़ी है अदालत दे विच पाई गई सी, तो जमानत दी अर्जी दे उपर सुनवाई जिहड़ी अदालत दे वल्लों कर लिती गई है ते 3 दिन बाद दी डेट जिहड़ी इस मामले दे विच पै चुकी है। तो देख सकते सी कि जिस वेले FIR दर्ज हुई उस वेले MK अग्रवाल दी मुश्किलां जिहड़ियां ने काफ़ी ज़्यादा वधिया हुई नज़र आ रही थी। प्रॉपर्टी की खरीद के मामले के विच FIR जिहड़ी है KV ग्रुप के वलों दर्ज करवाई गई सी, शिकायत के मगरों हुण FIR दर्ज होने तो बाद जमानत की अर्जी अदालत दे विच पाउण मगरों ते 3 दिन बाद दी डेट जिहड़ी इस मामले दे विच पै चुकी है। तो अगे हुण 3 दिन बाद अदालत दे विच की कुछ सुनवाई होएगी, ये तुहाडे नाल आउण वाले समय दे विच जरूर ही साझा करांगे। इस वेले की खबर लुधियाना शहर के नाल जुड़ी हुई सामने आ रही है। दस दी कि कुछ दिन पहला तुहाडे नाल भी असीं यह मामला साझा किया सी, जिथे MK अग्रवाल ग्रुप के प्रवीण अग्रवाल सने 5 के उपर FIR दर्ज हुई सी।
ਤਾਂ ਤੁਹਾਨੂੰ ਜ਼ਰੂਰ ਹੀ ਯਾਦ ਦਿਵਾ ਦਈਏ ਕਿ ਕੇਵੀ ਗਰੁੱਪ ਦੀ ਸ਼ਿਕਾਇਤ ਦੇ ਉੱਪਰ ਕਰੋੜਾਂ ਰੁਪਏ ਦੀ ਠੱਗੀ ਮਾਮਲੇ ਦੇ ਵਿੱਚ ਐਮ ਕੇ ਅਗਰਵਾਲ ਗਰੁੱਪ ਦੇ ਪ੍ਰਵੀਨ ਅਗਰਵਾਲ, ਇਸ ਦੇ ਨਾਲ ਹੀ ਸਵਰਨ ਸਿੰਘ ਅਤੇ ਪਰਮਿੰਦਰ ਸਿੰਘ ਸਣੇ ਦੋ ਮਹਿਲਾਵਾਂ ਵੀ ਜਿਹੜੀਆਂ ਨੇ ਇਸ ਮਾਮਲੇ ਦੇ ਵਿੱਚ ਸ਼ਾਮਲ ਸੀ, ਜਿਨ੍ਹਾਂ ਦੇ ਉੱਪਰ ਐਫ ਆਈ ਆਰ ਦਰਜ ਕੀਤੀ ਗਈ ਸੀ। ਤਾਂ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਵੱਡਾ ਅਪਡੇਟ ਸਾਹਮਣੇ ਆਇਆ ਅੱਜ, ਯਾਨੀ ਕਿ 4 ਨਵੰਬਰ ਨੂੰ ਜ਼ਮਾਨਤ ਦੀ ਜਿਹੜੀ ਅਰਜ਼ੀ ਪਾਈ ਗਈ ਸੀ ਉਸ ਦੇ ਲਈ ਅਦਾਲਤ ਦੇ ਵਿੱਚ ਸੁਣਵਾਈ ਸੀ, ਅਤੇ ਸੁਣਵਾਈ ਦੇ ਦੌਰਾਨ 3 ਦਿਨ ਬਾਅਦ ਦੀ ਡੇਟ ਜਿਹੜੀ ਹੈ ਹੁਣ ਇਸ ਮਾਮਲੇ ਦੇ ਵਿੱਚ ਪੈ ਚੁੱਕੀ ਹੈ। 3 ਦਿਨ ਬਾਅਦ ਕੀ ਕੁਝ ਸੁਣਵਾਈ ਹੋਏਗੀ, ਕੀ ਕੋਈ ਫੈਸਲਾ ਲਿੱਤਾ ਜਾਏਗਾ ਜਾਂ ਫਿਰ ਅਗਲੀ ਡੇਟ ਪਾਈ ਜਾਏਗੀ, ਇਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਏਗਾ। ਪਰ ਕੁੱਲ ਮਿਲਾ ਕੇ ਵੱਡੀ ਅਪਡੇਟ ਇਹੀ ਸਾਹਮਣੇ ਆ ਰਹੀ ਹੈ ਕਿ ਐਮ ਕੇ ਅਗਰਵਾਲ ਗਰੁੱਪ ਦੇ ਪ੍ਰਵੀਨ ਅਗਰਵਾਲ, ਜਿਨ੍ਹਾਂ ਦੇ ਵੱਲੋਂ ਜ਼ਮਾਨਤ ਦੀ ਅਰਜ਼ੀ ਜਿਹੜੀ ਹੈ ਅਦਾਲਤ ਦੇ ਵਿੱਚ ਪਾਈ ਗਈ ਸੀ, ਤਾਂ ਉਹ ਜ਼ਮਾਨਤ ਦੀ ਅਰਜ਼ੀ ਦੇ ਉੱਪਰ ਸੁਣਵਾਈ ਜਿਹੜੀ ਅਦਾਲਤ ਦੇ ਵੱਲੋਂ ਕਰ ਲਿੱਤੀ ਗਈ ਹੈ, ਅਤੇ 3 ਦਿਨ ਬਾਅਦ ਦੀ ਡੇਟ ਜਿਹੜੀ ਇਸ ਮਾਮਲੇ ਦੇ ਵਿੱਚ ਪੈ ਚੁੱਕੀ ਹੈ। ਤਾਂ ਦੇਖ ਸਕਦੇ ਸੀ ਕਿ ਜਿਸ ਵੇਲੇ ਐਫ ਆਈ ਆਰ ਦਰਜ ਹੋਈ ਉਸ ਵੇਲੇ ਐਮ ਕੇ ਅਗਰਵਾਲ ਦੀ ਮੁਸ਼ਕਲਾਂ ਜਿਹੜੀਆਂ ਨੇ ਕਾਫ਼ੀ ਜ਼ਿਆਦਾ ਵਧੀਆਂ ਹੋਈਆਂ ਨਜ਼ਰ ਆ ਰਹੀ ਸੀ। ਪ੍ਰੋਪਰਟੀ ਦੀ ਖਰੀਦ ਦੇ ਮਾਮਲੇ ਦੇ ਵਿੱਚ ਐਫ ਆਈ ਆਰ ਜਿਹੜੀ ਹੈ ਕੇ ਵੀ ਗਰੁੱਪ ਦੇ ਵੱਲੋਂ ਦਰਜ ਕਰਵਾਈ ਗਈ ਸੀ, ਅਤੇ ਸ਼ਿਕਾਇਤ ਦੇ ਮਗਰੋਂ ਹੁਣ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਜ਼ਮਾਨਤ ਦੀ ਅਰਜ਼ੀ ਅਦਾਲਤ ਦੇ ਵਿੱਚ ਪਾਉਣ ਮਗਰੋਂ ਅਤੇ 3 ਦਿਨ ਬਾਅਦ ਦੀ ਡੇਟ ਜਿਹੜੀ ਇਸ ਮਾਮਲੇ ਦੇ ਵਿੱਚ ਪੈ ਚੁੱਕੀ ਹੈ। ਤਾਂ ਅੱਗੇ ਹੁਣ 3 ਦਿਨਾਂ ਬਾਅਦ ਅਦਾਲਤ ਦੇ ਵਿੱਚ ਕੀ ਕੁਝ ਸੁਣਵਾਈ ਹੋਏਗੀ, ਇਹ ਤੁਹਾਡੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਹੀ ਸਾਂਝਾ ਕਰਾਂਗੇ। ਇਸ ਵੇਲੇ ਦੀ ਖਬਰ ਲੁਧਿਆਣਾ ਸ਼ਹਿਰ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਤੁਹਾਡੇ ਨਾਲ ਵੀ ਅਸੀਂ ਇਹ ਮਾਮਲਾ ਸਾਂਝਾ ਕੀਤਾ ਸੀ, ਜਿੱਥੇ ਐਮ ਕੇ ਅਗਰਵਾਲ ਗਰੁੱਪ ਦੇ ਪ੍ਰਵੀਨ ਅਗਰਵਾਲ ਸਣੇ 5 ਦੇ ਉੱਪਰ ਐਫ ਆਈ ਆਰ ਦਰਜ ਹੋਈ ਸੀ। ਤਾਂ ਤੁਹਾਨੂੰ ਜ਼ਰੂਰ ਹੀ ਯਾਦ ਦਿਵਾ ਦਈਏ ਕਿ ਕੇ ਵੀ ਗਰੁੱਪ ਦੀ ਸ਼ਿਕਾਇਤ ਦੇ ਉੱਪਰ ਕਰੋੜਾਂ ਰੁਪਏ ਦੀ ਠੱਗੀ ਮਾਮਲੇ ਦੇ ਵਿੱਚ ਐਮ ਕੇ ਅਗਰਵਾਲ ਗਰੁੱਪ ਦੇ ਪ੍ਰਵੀਨ ਅਗਰਵਾਲ, ਇਸ ਦੇ ਨਾਲ ਹੀ ਸਵਰਨ ਸਿੰਘ ਅਤੇ ਪਰਮਿੰਦਰ ਸਿੰਘ ਸਣੇ ਦੋ ਮਹਿਲਾਵਾਂ ਵੀ ਜਿਹੜੀਆਂ ਨੇ ਇਸ ਮਾਮਲੇ ਦੇ ਵਿੱਚ ਸ਼ਾਮਲ ਸੀ, ਜਿਨ੍ਹਾਂ ਦੇ ਉੱਪਰ ਐਫ ਆਈ ਆਰ ਦਰਜ ਕੀਤੀ ਗਈ ਸੀ। ਤਾਂ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਵੱਡਾ ਅਪਡੇਟ ਸਾਹਮਣੇ ਆਇਆ ਅੱਜ, ਯਾਨੀ ਕਿ 4 ਨਵੰਬਰ ਨੂੰ ਜ਼ਮਾਨਤ ਦੀ ਜਿਹੜੀ ਅਰਜ਼ੀ ਪਾਈ ਗਈ ਸੀ ਉਸ ਦੇ ਲਈ ਅਦਾਲਤ ਦੇ ਵਿੱਚ ਸੁਣਵਾਈ ਸੀ, ਅਤੇ ਸੁਣਵਾਈ ਦੇ ਦੌਰਾਨ 3 ਦਿਨ ਬਾਅਦ ਦੀ ਡੇਟ ਜਿਹੜੀ ਹੈ ਹੁਣ ਇਸ ਮਾਮਲੇ ਦੇ ਵਿੱਚ ਪੈ ਚੁੱਕੀ ਹੈ। 3 ਦਿਨ ਬਾਅਦ ਕੀ ਕੁਝ ਸੁਣਵਾਈ ਹੋਏਗੀ, ਕੀ ਕੋਈ ਫੈਸਲਾ ਲਿੱਤਾ ਜਾਏਗਾ ਜਾਂ ਫਿਰ ਅਗਲੀ ਡੇਟ ਪਾਈ ਜਾਏਗੀ, ਇਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਏਗਾ। ਪਰ ਕੁੱਲ ਮਿਲਾ ਕੇ ਵੱਡੀ ਅਪਡੇਟ ਇਹੀ ਸਾਹਮਣੇ ਆ ਰਹੀ ਹੈ ਕਿ ਐਮ ਕੇ ਅਗਰਵਾਲ ਗਰੁੱਪ ਦੇ ਪ੍ਰਵੀਨ ਅਗਰਵਾਲ, ਜਿਨ੍ਹਾਂ ਦੇ ਵੱਲੋਂ ਜ਼ਮਾਨਤ ਦੀ ਅਰਜ਼ੀ ਜਿਹੜੀ ਹੈ ਅਦਾਲਤ ਦੇ ਵਿੱਚ ਪਾਈ ਗਈ ਸੀ, ਤਾਂ ਉਹ ਜ਼ਮਾਨਤ ਦੀ ਅਰਜ਼ੀ ਦੇ ਉੱਪਰ ਸੁਣਵਾਈ ਜਿਹੜੀ ਅਦਾਲਤ ਦੇ ਵੱਲੋਂ ਕਰ ਲਿੱਤੀ ਗਈ ਹੈ, ਅਤੇ 3 ਦਿਨ ਬਾਅਦ ਦੀ ਡੇਟ ਜਿਹੜੀ ਇਸ ਮਾਮਲੇ ਦੇ ਵਿੱਚ ਪੈ ਚੁੱਕੀ ਹੈ। ਤਾਂ ਦੇਖ ਸਕਦੇ ਸੀ ਕਿ ਜਿਸ ਵੇਲੇ ਐਫ ਆਈ ਆਰ ਦਰਜ ਹੋਈ ਉਸ ਵੇਲੇ ਐਮ ਕੇ ਅਗਰਵਾਲ ਦੀ ਮੁਸ਼ਕਲਾਂ ਜਿਹੜੀਆਂ ਨੇ ਕਾਫ਼ੀ ਜ਼ਿਆਦਾ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਸੀ। ਪ੍ਰੋਪਰਟੀ ਦੀ ਖਰੀਦ ਦੇ ਮਾਮਲੇ ਦੇ ਵਿੱਚ ਐਫ ਆਈ ਆਰ ਜਿਹੜੀ ਹੈ ਕੇ ਵੀ ਗਰੁੱਪ ਦੇ ਵੱਲੋਂ ਦਰਜ ਕਰਵਾਈ ਗਈ ਸੀ, ਅਤੇ ਸ਼ਿਕਾਇਤ ਦੇ ਮਗਰੋਂ ਹੁਣ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਜ਼ਮਾਨਤ ਦੀ ਅਰਜ਼ੀ ਅਦਾਲਤ ਦੇ ਵਿੱਚ ਪਾਉਣ ਮਗਰੋਂ ਅਤੇ 3 ਦਿਨ ਬਾਅਦ ਦੀ ਡੇਟ ਜਿਹੜੀ ਇਸ ਮਾਮਲੇ ਦੇ ਵਿੱਚ ਪੈ ਚੁੱਕੀ ਹੈ। ਤਾਂ ਅੱਗੇ ਹੁਣ 3 ਦਿਨਾਂ ਬਾਅਦ ਅਦਾਲਤ ਦੇ ਵਿੱਚ ਕੀ ਕੁਝ ਸੁਣਵਾਈ ਹੋਏਗੀ, ਇਹ ਤੁਹਾਡੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਹੀ ਸਾਂਝਾ ਕਰਾਂਗੇ।